ਲੈਣ ਆਏ ਇੱਥੇ, ਇਹਦੇ ਕਰਕੇ ਆਏ ਆ NLM ਬਈ, ਇੰਨੇ ਕਰੋੜ ਦਾ, ਇੰਨੇ ਲੱਖਾਂ ਦਾ, ਕੀ ਇਹ 'ਚ ਹਨਾ ਸਕੀਮਾਂ ਦੇਈ ਜਾਂਦੀ ਸਰਕਾਰ। ਤੇ ਕਈ ਮੈਨੂੰ ਕਹਿੰਦੇ ਬਈ ਤੂੰ ਹੀ ਕਰਾ ਦੇ, ਹੱਥੋਂ ਉੱਕੇ ਬੁੱਕੇ ਲੈ ਲਾ ਪੈਸੇ, ਠੀਕ ਹੈ। ਇਹ ਕਿਸੇ ਦੇ ਹੱਥ 'ਚ ਹੈ ਨਹੀਂ ਬਈ ਕਰਾਉਣਾ ਨਾ ਕਰਾਉਣਾ, ਠੀਕ ਹੈ। ਆਪਣੇ ਹੱਥ ਸੀਗਾ ਟ੍ਰੇਨਿੰਗ ਦੇਣੀ, ਸਰਟੀਫਿਕੇਟ ਦੇਣਾ, ਜਿਹੜਾ ਇਹਦੇ ਵਾਸਤੇ ਜ਼ਰੂਰੀ ਆ, ਲਾਜ਼ਮੀ ਹੈ, ਠੀਕ ਹੈ। ਉਹਦੇ ਬਿਨਾਂ ਤੁਸੀਂ ਇਹ ਨਹੀਂ ਫਾਰਮ ਹੀ ਨਹੀਂ ਭਰ ਸਕਦੇ ਸੀਗੇ। ਇੱਕ ਤੁਹਾਨੂੰ ਮੇਰਾ ਜਿਹੜਾ ਹੱਕ ਬਣਦਾ, ਸਹੀ ਡਾਕੂਮੈਂਟ, ਜਿਹੜੀਆਂ ਸਹੀ ਸ਼ਰਤਾਂ, ਜੇ ਤੁਸੀਂ ਉਹੀ ਨਾ ਪੂਰੇ ਕਰਦੇ ਹੋਏ ਤੇ ਤੁਸੀਂ ਐਵੇਂ ਫਾਈਲ ਭਰੀ ਜਾਓ, ਖਰਚਾ ਕਰੀ ਜਾਓ, ਉਹਦਾ ਕੋਈ ਫਾਇਦਾ ਨਹੀਂ। ਹੁਣ ਤੁਸੀਂ ਇਹ ਆਪਦਾ ਸੋਚੋ ਜੀ ਬਈ ਇੰਨਾ ਜ਼ਮੀਨ ਜ਼ਿਆਦਾ ਤਾਂ ਆਹ ਕੁਛ ਮੈਂ ਕਰ ਸਕਦਾ, ਫਿਰ ਭਰ ਸਕਦਾ, ਠੀਕ ਹੈ। ਅਤੇ ਸਕੀਮ ਇਹ ਕਿਉਂ ਆਈ ਹੈ, ਇਹਦੀ ਫੁੱਲ ਫਾਰਮ ਹੈਗੀ ਹੈ ਨੈਸ਼ਨਲ ਲਾਈਫ ਸਟੋਕ ਮਿਸ਼ਨ ਹੈ ਇਹ ਅੱਜ ਦਾ ਨਹੀਂ ਰੌਲਾ ਪਿਆ, ਇਹ 4-5 ਸਾਲਾਂ ਦੀ ਸਕੀਮ ਹੈ ਇਹ, ਭਾਰਤ ਸਰਕਾਰ ਦੀ, ਸਾਰੇ ਭਾਰਤ 'ਚ ਸਾਰੇ ਰਾਜ, ਇਹ 'ਚ ਸਟੇਟ ਦਾ ਕੋਈ ਲੈਣਾ ਦੇਣਾ ਨਹੀਂ ਗਾ। ਇਹਦੀ ਲੋੜ ਕਿਉਂ ਪਈ, ਕਿਉਂਕਿ ਜਨਸੰਖਿਆ ਬਹੁਤ ਵਧੀ ਜਾਂਦੀ ਹੈ, ਦੁੱਧ, ਮਾਸ, ਆਂਡਾ, ਇਹ 'ਚ ਕਿਉਂਕਿ ਇਕੱਲੀ ਬੱਕਰੀਆਂ ਦਾ ਨਹੀਂ, ਇਹ 'ਚ ਤੁਸੀਂ ਪੋਲਟਰੀ ਫਾਰਮ ਵੀ ਕਰ ਸਕਦੇ ਹੋ, ਇਹ 'ਚ ਤੁਸੀਂ ਸੂਰ ਪਾਲਣ ਵੀ ਕਰ ਸਕਦੇ ਹੋ, ਅਤੇ ਹੁਣ ਇਹਦੇ ਵਿੱਚ ਡੈਰੀ ਫਾਰਮ ਵੀ ਐਡ ਕੀਤਾ ਇਹਨਾਂ ਨੇ ਬਈ। ਇਹ ਮੀਟ ਆਂਡਾ ਸਾਰਾ ਕੁਛ ਆਪਾਂ ਨੂੰ ਇੱਥੇ ਪੂਰਾ ਹੋ ਜੇ ਅਤੇ ਬਾਹਰੋਂ ਨਾ ਮੰਗਾਉਣਾ ਪਵੇ, ਭੁੱਖਮਾਰੀ ਨਾ ਬਣੇ, ਠੀਕ ਹੈ। ਕਿਉਂਕਿ ਆਂਡਾ ਦਸਾਂ ਦਾ ਹੁੰਦਾ, ਗਰੀਬ ਬੰਦਾ ਵੀ ਖਾ ਲੈਂਦਾ ਇਹਨੂੰ। ਕਈ ਏਰੀਆ ਦੇ ਵਿੱਚ ਆਪਣੇ ਕੋਲ ਕਣਕ ਫਸਲਾਂ ਨਹੀਂ ਹੁੰਦੀਆਂ, ਉੱਧਰ ਆ ਮੱਛੀ ਵਗੈਰਾ, ਮਾਸ ਵਗੈਰਾ ਇਹੀ ਚੱਲਦਾ ਆਪਣੇ। ਚਲੋ ਉਹਨੂੰ ਉਲਟ ਮੰਨਦੇ ਆ, ਪਾਪ ਆਏ ਜਾਊ ਆ, ਹੁਣ ਆਪਣੇ ਕੋਲ ਸਾਰਾ ਕੁਛ ਹੈਗਾ, ਆਪਾਂ ਨੂੰ ਤਾਂ ਪਾਪ ਲੱਗਦਾ, ਅਤੇ ਜੇ ਆਪਾਂ ਹੋ ਗਏ ਭੁੱਖੇ ਤਾਂ ਫਿਰ ਕੋਈ ਪਾਪ ਪੁੰਨ ਨਹੀਂ ਇਹਦਾ। ਆਪਣੇ ਹੁਣ ਧਰਤੀ ਉਹ ਜੀ ਹੈ, ਤਗੜੀ ਧਰਤੀ ਹੈ ਪੰਜਾਬ ਦੀ, ਆਪਾਂ ਨੂੰ ਲੋੜ ਨਹੀਂ ਹਨਾ ਮਾਸ ਖਾਣ ਦੀ। ਇਹ ਸਕੀਮ ਤਾਂ ਸਰਕਾਰ ਨੇ ਕੱਢੀ ਸੀਗੀ, ਹੋ ਗਿਆ ਇਹਨੂੰ 3-4 ਸਾਲ ਸਕੀਮ ਨੂੰ ਆਈ ਨੂੰ। ਪਰ ਇਹ ਪਹਿਲਾਂ ਕੀ ਸੀਗਾ, ਜਦੋਂ ਪਹਿਲਾਂ ਸਟਾਰਟ ਕੀਤੀ ਹੈ ਸਰਕਾਰ ਨੇ, ਇਹ 'ਚ ਸੀਗਾ 500 ਬੱਕਰੀਆਂ, 25 ਬੋਕ ਬੱਕਰੇ, ਆਹ ਸਕੀਮ ਹੀ ਸੀ ਪਹਿਲਾਂ। ਇਹ 'ਚ ਕੀ ਚੱਕਰ ਸੀਗਾ, ਇਹਨੂੰ ਛੋਟਾ ਬੰਦਾ ਹੱਥ ਨਹੀਂ ਪਾਉਂਦਾ ਸੀ, ਇਹਦੀ ਕੀਮਤ ਬਣਦੀ ਸੀ 1 ਕਰੋੜ ਤੋਂ ਲੈ ਕੇ 25 ਲੱਖ। ਇਹਨੂੰ ਕੋਈ ਹੱਥ ਨਹੀਂ ਪਾਉਂਦਾ ਸੀ ਬੰਦਾ, 1 ਕਰੋੜ ਦੇ ਨਾਂ 'ਤੇ ਆਪਾਂ ਹਰੇਕ ਡਰ ਜਾਂਦਾ, ਮਾੜਾ ਬੰਦਾ ਨਹੀਂ ਹੱਥ ਪਾਉਂਦਾ ਇੰਨੇ ਪੈਸਿਆਂ ਨੂੰ, ਬਈ ਇੰਨੇ ਸਾਂਭਾਂਗੇ ਕਿੱਥੇ, 50 ਲੱਖ ਸਬਸਿਡੀ ਦਾ, ਕਿਉਂ ਆਪਾਂ ਮਾਰ ਮੁੱਕਾਂ ਇੱਕ ਦੂਜੇ ਨੇ ਲੜ ਪਾਂਗੇ ਹੈ ਨਾ, ਆਪਣੇ ਤਾਂ ਮਾੜਾ ਮੋਟਾ 1-2 ਲੱਖ ਹੱਥ 'ਚ ਆ ਜੀ। ਇਹਨੂੰ ਆਪਾਂ ਡਰਦਾ ਨੇ ਨਹੀਂ ਬਈ ਭਰਿਆ ਕਿਸੇ ਨੇ, ਸਰਕਾਰ ਦੇਖੀ ਗਈ 2-3 ਸਾਲ ਉਹ ਕਹਿੰਦੇ ਇਹ 'ਚ ਤਾਂ ਯਾਰ ਕੋਈ ਆਉਂਦਾ ਹੀ ਨਹੀਂ ਗਾ, ਇਹ 'ਚ ਇਕੱਲੇ ਜਿਹੜੇ ਸੈਲਰਾਂ ਸੂਲਰਾਂ ਵਾਲੇ ਸੀ, ਜਿਹੜੇ ਮਹਾਜਨ ਲੋਕ ਸੀ, ਤਕੜੇ ਲੋਕ ਸੀਗੇ, ਕੋਈ ਲੀਡਰਾਂ ਦੇ ਨਾਲ ਮਨ ਲਾ ਰਲੇ ਮਿਲੇ ਸੀਗੇ, ਉਹਨਾਂ ਨੂੰ ਇਹ ਸਕੀਮ ਦਾ ਪਤਾ ਸੀ, ਉਹ ਲਾਹਾ ਲਈ ਜਾਂਦੇ ਸੀਗੇ। ਇਹਦੇ ਵਿੱਚ 50 ਲੱਖ ਰੁਪਈਆ ਸਬਸਿਡੀ ਸੀਗੀ। ਇਹਦਾ ਇੱਕ ਨਾਮ ਭਰਨ ਦਾ ਕਾਰਨ ਇਹ ਹੁੰਦਾ, ਇਹ 'ਚ ਕੀ ਸੀਗਾ, 50% ਸਬਸਿਡੀ, 40% ਬੈਂਕ ਦਾ ਜਿਹੜਾ ਆਪਾਂ ਰਿਟਰਨ ਕਰਨਾ ਹੁੰਦਾ, ਠੀਕ ਹੈ, ਅਤੇ 10% ਸੀਗਾ ਆਪਣਾ ਆਪਦਾ। ਇਹਦਾ 10% 1 ਕਰੋੜ ਦਾ ਮਤਲਬ 25 ਲੱਖ ਰੁਪਈਆ, 25 ਲੱਖ ਆਪਣੇ ਕੋਲ ਕਿਸੇ ਕੋਲ ਹੈ ਨਹੀਂ ਸੀਗਾ, ਠੀਕ ਹੈ। ਇਹ ਅਗਲਾ ਤਾਂ ਵੀ ਨਹੀਂ ਭਰਦਾ ਸੀਗਾ, ਫਿਰ ਸਰਕਾਰ ਨੇ ਇਹਨੂੰ ਫਿਰ ਮੀਟਿੰਗਾਂ ਸੱਦੀਆਂ ਆਪਦੇ ਮੁਲਾਜ਼ਮ ਭਾਈ, ਵੱਡੇ ਵੱਡੇ ਅਫਸਰ ਜਿਹੜੇ IAS ਹੈ, ਠੀਕ ਹੈ, ਜਿਹੜੇ ਰਾਸ਼ਟਰਪਤੀ ਦੇ, ਪ੍ਰਧਾਨ ਮੰਤਰੀ ਦੇ ਸਲਾਹਕਾਰ ਹੁੰਦੇ ਆ ਵੱਡੇ ਵੱਡੇ, ਇਹ ਕੋਈ ਤੇਰੇ ਮੇਰੇ ਵਰਗਿਆਂ ਨੇ ਨਹੀਂ ਬਈ ਇਹ ਸਕੀਮ ਬਣਾਈ, ਬਹੁਤ ਵੱਡੇ ਦਿਮਾਗ ਵਾਲੇ ਬੰਦਿਆਂ ਨੇ ਸਕੀਮ ਬਣਾਈ ਹੈ ਇਹ। ਇਹਦੇ ਵਿੱਚ ਨਿਯਮ ਉਹ ਜਿਹੇ ਬਣਾਏ ਆ
ਇਹ 'ਚ ਬੰਦਾ ਇੱਧਰ ਉੱਧਰ ਨਹੀਂ ਜਾ ਸਕਦਾ, ਠੀਕ ਹੈ। ਜਿਹੜੀ ਅੱਜ ਦੇ ਟਾਈਮ ਦੇ ਵਿੱਚ ਸਕੀਮ ਚੱਲੀ ਜਾਂਦੀ ਹੈ ਬੱਕਰੀਆਂ 'ਤੇ, ਉਹ ਆਹਾ ਹੁਣ ਇਹ ਲਿਖ ਲਓ ਜੀ, 50% ਸਬਸਿਡੀ ਸਾਰਿਆਂ 'ਤੇ ਹੋਊਗੀ, ਸਬਸਿਡੀ ਮਿਲੂਗੀ ਵੀ ਜੇ ਤੁਹਾਡਾ ਲੋਨ ਪਾਸ ਹੋ ਗਿਆ। ਇਹ ਨਹੀਂ ਗਾ ਕਈ ਆਪਣੇ ਰੋਟਾ ਰਾਟਾ ਵੀਟਰਾਂ 'ਤੇ ਅਤੇ ਆ ਖੇਤੀ ਸੰਦਾਂ 'ਤੇ ਮਿਲਦੀ ਨਹੀਂ ਹੁੰਦੀ, ਬਾਅਦ 'ਚ ਧੱਕੇ ਖਾਣੇ ਪੈਂਦੇ, ਉਹ ਕੰਮ ਇਹ 'ਚ ਹੈ ਨਹੀਂ ਗਾ। ਤੁਹਾਡਾ ਜੇ ਲੋਨ ਹੁੰਦਾ ਤੁਹਾਨੂੰ ਸਬਸਿਡੀ ਮਿਲੂਗੀ ਮਿਲੂਗੀ। ਇਹ 'ਚ ਹੁਣ ਆ ਗਿਆ ਪਹਿਲਾ ਗਰੁੱਪ, 5 ਗਰੁੱਪ ਬਣਾਏ ਆ, 100 ਬੱਕਰੀ, 5 ਬੱਕਰੇ, 200 ਪਲੱਸ 10, 300 ਪਲੱਸ 15, 400 ਪਲੱਸ 20, ਅਤੇ 1500 ਉਹ ਵੀ ਰੱਖੀ ਹੈ ਵੱਡੇ ਲੋਕਾਂ ਵਾਸਤੇ, ਬਈ ਯਾਰ ਜਿਹੜੇ ਨੇ ਲੈਣਾ ਉਹ ਵੀ ਲੈ ਸਕਦੇ। ਹੁਣ ਆ 5 ਭਾਗ ਆ ਬਾਈ, ਠੀਕ ਹੈ। ਮੈਂ ਹੁਣ ਤੁਹਾਨੂੰ ਜ਼ਿਆਦਾ ਆਹ ਦੱਸੂ, ਆਹ ਆਪਣੇ ਹੈਗੀ ਆ ਚਾਦਰੇ ਠਾਂ, ਆਪਣੇ ਮੰਨ ਲਓ ਪੈਰ ਆਪਾਂ ਇਹ 'ਚ ਪਸਾਰ ਸਕਦੇ ਹਾਂ, ਆਹ ਵੱਡਾ ਹੋ ਜੂ ਕੰਮ ਆਪਣੇ ਤੋਂ। ਨਵੇਂ ਬੰਦੇ ਵਾਸਤੇ ਇਹ ਵੀ ਵੱਡਾ, ਚਲੋ ਮੈਂ ਬਾਅਦ 'ਚ ਤੁਹਾਨੂੰ ਦੱਸਦਾ ਤੁਸੀਂ ਇਹ ਲੋਨ ਲੈਣਾ ਕਿ ਨਹੀਂ ਲੈਣਾ। 100 ਬੱਕਰੀ ਬਹੁਤ ਹੁੰਦੀ ਹੈ, ਮੈਂ ਇਹਦਾ ਹੀ ਸਾਰਾ ਜੋੜ ਘਟਾਓ ਦੱਸੂਗਾ, ਇਹਦੇ ਨਾਲ ਗੁਣਾ ਕਰੀ ਜਾਣਾ। ਜੇ ਤੁਸੀਂ ਤੁਹਾਡੇ ਮਨ 'ਚ ਹੈਗਾ 200 ਦਾ, 300 ਦਾ, 400 ਦਾ, ਉਹ ਜ਼ਮੀਨ, ਉਹ ਪੈਸਾ, ਉਹ ਖਰਚੇ ਨਾਲ ਸਾਰਾ ਆਪਦਾ ਗੁਣਾ ਕਰੀ ਜਾਓ ਜੇ ਇਹਦੇ ਨਾਲ, ਠੀਕ ਹੈ। ਇਹ ਮੈਂ ਤਾਂ ਦੱਸੂਗਾ, ਇਹ ਸੌਖਾ, ਲੱਖਾਂ ਦਾ ਹਿਸਾਬ ਹੈ, ਕਰੋੜ ਮੈਨੂੰ ਵੀ ਔਖਾ ਲੱਗਦਾ ਬੋਲਣਾ ਵਾਰੀ ਵਾਰੀ। ਹੁਣ ਆ ਗਿਆ ਇਹ ਜ਼ਿਆਦਾ ਅਪਲਾਈ ਇਹੀ ਕਰਦੇ ਆ, ਇਹ 'ਚ 100 ਬੱਕਰੀ ਹੁੰਦੀ ਹੈ, 5 ਬੱਕਰੇ ਹੁੰਦੇ ਆ, ਇਹ ਬਣੂਗਾ ਜਿਹੜੀ ਸਾਰੀ ਰਕਮ ਬਣੂਗੀ ਇਹਦੀ 20 ਲੱਖ ਦੀ ਬਣੂਗੀ ਜੀ, ਜਿਹੜਾ ਸਾਰਾ ਲੋਨ ਆਪਣਾ ਪਾਸ ਹੋਊਗਾ। ਇਹ 'ਚ 50% ਆ ਗਈ ਸਬਸਿਡੀ, 10 ਲੱਖ ਰੁਪਈਆ, ਠੀਕ ਹੈ। ਉਹੀ ਚਾਲੀ% ਬੈਂਕ ਦਾ ਜੀ ਦੇਣਾ, ਇਹ ਵੀ ਬੈਂਕ ਨਹੀਂ ਹੈ, ਪਰ ਇਹ ਸਬਸਿਡੀ ਦੇ ਥਰੂ ਸਰਕਾਰ ਆਪੇ ਹੇਠ ਉੱਤਾ ਕਾਟ ਹੀ ਮਾਰ ਦੂਗੀ, ਠੀਕ ਹੈ। ਆ 40% ਇਹ ਆਪਾਂ ਕਰਨਾ ਵਾਪਸ ਕਿਸ਼ਤਾਂ ਰਾਹੀਂ, ਠੀਕ ਹੈ, ਉਹ ਵੀ ਮੈਂ ਤੁਹਾਨੂੰ ਦੱਸਦਾ ਕਿੰਨੀਆਂ ਕਿਸ਼ਤਾਂ ਹੁੰਦੀਆਂ, ਅਤੇ ਪਲੱਸ 10% ਆਪਣਾ, 20 ਲੱਖ ਦਾ 10% ਬਣੂਗਾ, 2-3 ਲੱਖ, 2.5 ਕੁ ਲੱਖ ਰੁਪਇਆ ਬਣਦਾ ਇਹ, ਠੀਕ ਹੈ। ਜਦੋਂ ਤੁਹਾਡਾ ਲੋਨ ਪਾਸ ਹੋਣ 'ਤੇ ਹੈ, ਤੁਹਾਡੇ ਖਾਤੇ ਦੇ ਵਿੱਚ 2.5 ਲੱਖ ਰੁਪਇਆ ਹੋਣਾ ਚਾਹੀਦਾ ਜੇ ਤੁਸੀਂ 100 ਬੱਕਰੀ ਦਾ ਕਰਾਉਣੇ। ਦੂਜਾ ਆਪਦਾ ਗੁਣਾ ਕਰੀ ਜਾਓ ਜੀ, ਜੇ 200 ਦਾ, 300 ਦਾ, 500 ਦਾ, 500 ਵਾਸਤੇ 25 ਲੱਖ ਰੁਪਇਆ ਤੁਹਾਡੇ ਖਾਤੇ 'ਚ ਚਾਹੀਦਾ। ਉੱਦਾਂ ਨਹੀਂ, ਜਿੱਦਣ ਤੁਹਾਡਾ ਸਾਰਾ ਸ਼ਡਿਊਲ ਹੁੰਦਾ, ਡਾਕਟਰ ਡੂਕਟਰ ਦੇਖ ਕੇ ਸਟੇਟ ਏਜੰਸੀ 'ਚ ਜਾ ਵੜਿਆ, ਉੱਧਰੋਂ ਸਾਰਾ ਤੁਹਾਨੂੰ ਬੈਂਕ ਵਾਲੇ ਆਖਣਗੇ, ਉਦੋਂ ਤੁਸੀਂ ਸ਼ੋਅ ਕਰਨਾ ਵਿੱਚ ਤੁਹਾਡੇ ਖਾਤੇ 'ਤੇ ਹੋਣਾ ਚਾਹੀਦਾ ਉਦੋਂ। ਇਹ ਕਾਹਦੇ ਵਾਸਤੇ ਹੁੰਦਾ? ਇਹ ਬੀਮੇ ਵਾਸਤੇ ਹੁੰਦਾ, ਬੱਕਰੀਆਂ ਦਾ ਜਿਹੜਾ ਬੀਮਾ, ਇਹਨੂੰ ਪ੍ਰਾਈਵੇਟ ਕੰਪਨੀ ਨੇ ਕਰਨਾ, ਇਹ 10% ਉਹਦੇ ਵਾਸਤੇ ਹੁੰਦਾ, ਇਹ ਕਿਸੇ ਨੂੰ ਤੁਸੀਂ ਦੇਣਾ ਨਹੀਂ, ਆਪਦੇ ਖਾਤੇ 'ਚ ਹੀ ਰੱਖਣਾ, ਠੀਕ ਹੈ। ਆ 50% ਤੁਹਾਡਾ ਹੋ ਜਾਣਾ ਮਾਫ, ਅਤੇ ਆ ਜਿਹੜਾ 40% ਆ ਇਹ ਕਿਸ਼ਤਾਂ ਰਾਹੀਂ ਆਉਂਦਾ। ਕਿਸ਼ਤ ਆਉਣਾ, ਅਗਲਾ ਕਹਿੰਦਾ ਕਿੰਨੇ ਚਿਰ ਦੀ ਹੋਣੀ ਚਾਹੀਦੀ, ਕਿਵੇਂ ਹੋਣੀ ਚਾਹੀਦੀ ਆ, ਇਹ 'ਚ ਤੁਸੀਂ ਹਰ ਮਹੀਨੇ ਭਰ ਸਕਦੇ ਹੋ, ਤਿਮਾਹੀ ਭਰ ਸਕਦੇ ਹੋ, ਛਮਾਹੀ ਭਰ ਸਕਦੇ, ਠੀਕ ਹੈ। ਪਹਿਲੇ ਸਾਲ ਇਹਦੀ ਕਿਸ਼ਤ ਨਹੀਂ ਆਉਂਦੀ, ਕਿਉਂਕਿ ਉਹ ਖਰੀਦਣ ਵੇਚਣ ਸਾਰਾ ਸੈਟਿੰਗ ਕਰਨ 'ਚ ਉਹਦਾ ਬੰਦੇ ਦਾ ਸਾਲ ਹੋ ਜਾਂਦਾ ਖਰਾਬ। ਪਹਿਲੇ ਸਾਲ ਤੁਸੀਂ ਕੋਈ ਕਿਸ਼ਤ ਨਹੀਂ ਦੇਣੀ, ਉਦੋਂ ਬਾਅਦ ਚੱਲਣਾ ਕੰਮ। ਇੱਕ ਇਹ 'ਚ ਭਰਾ ਸਵਾਲ ਪੁੱਛਦੇ, ਸਵਾਲਾਂ 'ਤੇ ਮੈਂ ਜਵਾਬ ਦੇਊਂਗਾ, ਠੀਕ ਹੈ। ਉਹ 'ਚ ਤੁਹਾਨੂੰ ਸਕੀਮ ਵੀ ਸਮਝ ਜਾਜੂ ਬਈ ਇਹ ਕਿੰਨੇ ਸਾਲਾਂ 'ਚ ਭਰਨਾ। ਇਹ 5 ਸਾਲਾਂ ਤੋਂ ਲੈ ਕੇ 10 ਸਾਲਾਂ ਦੇ ਵਿੱਚ ਭਰ ਸਕਦੇ ਹੋ ਤੁਸੀਂ, ਇਹ ਤੁਹਾਡੇ 'ਤੇ ਆ। ਜਿੰਨਾ ਛੇਤੀ ਭਰੋਂਗੇ ਤੁਹਾਨੂੰ ਇਹ 'ਤੇ ਇੰਟਰਸਟ ਰੇਟ ਉਵੇਂ ਘੱਟ ਲੱਗੂਗਾ। ਸਹੀ ਇਹਦੀ ਹੈਗੀ ਆ 5 ਕੁ ਸਾਲ ਮਨਿਆਦ ਆ, ਜੇ ਆਪਾਂ ਪ੍ਰੋਪਰ ਸਹੀ ਉਵੇਂ ਭਰਦੇ ਹਾਂ।
ਇਹ ਜੋ ਇੰਟਰਸਟ ਰੇਟ ਕੀ ਹੈ 10-11% ਹੈ ਜੀ, ਵਿਆਜ ਬਹੁਤ ਹੈ ਇਹ 'ਚ, ਠੀਕ ਹੈ। ਅਤੇ ਪਰ ਇਹ 'ਚ ਆਪਾਂ ਸਬਸਿਡੀ ਦੇ ਚੱਕਰ 'ਚ ਭਰ ਦਿੰਦੇ, ਸਬਸਿਡੀ ਵਧੀਆ ਮਿਲਦੀ ਹੈ ਅਤੇ ਮਿਲਦੀ ਹੈ ਤਾਂ ਲੈਣੀ ਵੀ ਚਾਹੀਦੀ ਹੈ, ਠੀਕ ਹੈ। ਹੁਣ ਇੱਕ ਇਹ 'ਚ ਭਰਾਵਾਂ ਦਾ ਸਵਾਲ ਹੁੰਦਾ ਹੈ ਬਈ ਬੱਕਰੀਆਂ ਪਹਿਲਾਂ ਲੈਣੀਆਂ, ਸ਼ੈੱਡ ਪਹਿਲਾਂ ਪਾਉਣਾ, ਇਹ ਬਾਈ ਸਕੀਮ ਹੈਗੀ ਹੈ ਨਵੇਂ ਬੰਦੇ ਵਾਸਤੇ। ਤੁਹਾਡਾ ਪੁਰਾਣਾ ਸ਼ੈੱਡ ਭਲਾਂ ਦੀ ਕਿੱਡਾ ਮਰਜ਼ੀ ਚੰਗਾ ਮਾੜਾ, ਉਹ ਨਹੀਂ ਚੱਲਣਾ ਇਸ ਸਕੀਮ 'ਚ, ਠੀਕ ਹੈ। ਤੁਹਾਨੂੰ ਨਰੋਲ ਨਵੇਂ ਸਿਰਿਓਂ ਬਣਾਉਣਾ ਪਊਗਾ ਸਾਰਾ, ਜੇ ਪਾਸ ਹੁੰਦਾ ਪੁਰਾਣੇ ਸ਼ੈੱਡ 'ਤੇ ਉਹ 'ਤੇ ਨਹੀਂ ਹੋਣਾ। ਬੱਕਰੀਆਂ ਤੁਹਾਡੇ ਕੋਲ ਹੈਗੀਆਂ ਨਹੀਂ ਹੈਗੀਆਂ ਉਹਦਾ ਕੋਈ ਰੋਲ ਨਹੀਂ ਗਾ, ਨਾ ਹੀ ਪਹਿਲਾਂ ਲੈਣੀਆਂ, ਠੀਕ ਹੈ। ਜਦੋਂ ਤੁਹਾਡਾ ਲੋਨ ਪਾਸ ਹੋ ਗਿਆ, ਉਹਨਾਂ ਨੇ ਪਹਿਲੀ ਕਿਸ਼ਤ ਦੇਣੀ ਹੈ ਤੁਹਾਨੂੰ ਸ਼ੈੱਡ ਵਾਸਤੇ। ਸ਼ੈੱਡ ਕੀ ਪਾਉਣਾ, ਜਿਹੜੀ ਪ੍ਰੋਜੈਕਟ ਫਾਈਲ ਹੁੰਦੀ ਹੈ ਇਹਦੇ ਵਿੱਚ ਆਪਾਂ ਡਾਕੂਮੈਂਟਾਂ ਦੀ ਗੱਲ ਕਰਾਂਗੇ, ਠੀਕ ਹੈ। ਉਹਦੇ ਵਿੱਚ ਸਾਰਾ ਹੋਊਗਾ, ਉਹਦੇ ਪੈਸਿਆਂ ਦਾ ਪਹਿਲੀ ਕਿਸ਼ਤ ਜਾਰੀ ਕਰਨੀ ਹੈ 10 ਲੱਖ ਦੀ ਉਹਨਾਂ ਨੇ। ਉਹ 'ਚ ਸ਼ੈੱਡ, ਸਟੋਰ, ਲੇਬਰ ਰੂਮ, ਬਾਥਰੂਮ ਵਗੈਰਾ, ਡਿੱਗੀਆਂ ਡੁੱਗੀਆਂ, ਖੁਰਨੀਆਂ ਖਰਨੀਆਂ, ਸਾਰਾ ਕੁਛ ਆਉਂਦਾ। ਉਹ ਆਪਾਂ ਪਹਿਲਾਂ ਦੱਸਿਆ ਹੁੰਦਾ ਪ੍ਰੋਜੈਕਟ ਫਾਈਲ 'ਚ ਬਈ ਅਸੀਂ ਆਹ ਕਰਨਾ ਚਾਹੁੰਦੇ ਹਾਂ, ਠੀਕ ਹੈ। ਉਹ ਪਾਲਿਆ ਤੁਸੀਂ, ਸਾਰੇ GST ਬਿੱਲ ਹੋਣੇ ਚਾਹੀਦੇ ਉਹਦੇ ਵਾਸਤੇ। ਐਂ ਨਹੀਂ ਮੇਰੇ ਵਾਂਗੂ 1.5 ਨੰਬਰ ਐਕਟ ਚੱਕ ਕੇ ਮਾੜੀ ਲਾ ਦਿਓਗੇ ਜਾਂ ਕੁਛ ਵੀ ਲਾ ਦਿਓਗੇ, ਉਹ 'ਚ ਤੁਸੀਂ ਫੜੇਗੇ ਤੁਹਾਨੂੰ ਗਾਂਹ ਨਾ ਸਬਸਿਡੀ ਮਿਲਣੀ ਨਾ ਬੱਕਰੀਆਂ ਵਾਸਤੇ ਪੈਸਾ। ਉਹ GST ਬਿੱਲ ਲਾ ਕੇ ਇਕੱਲੀ ਇਕੱਲੀ ਚੀਜ਼ ਦਾ ਬਿੱਲ ਲਾਉਣਾ ਪਊਗਾ, ਠੀਕ ਹੈ। ਕੋਸਟਲੀ ਵੀ ਪਊਗਾ ਤੁਹਾਨੂੰ ਜਿਹੜੀ ਗੱਲ ਹੈ। ਹੁਣ ਇੱਕ ਚੀਜ਼ ਆਪਾਂ ਬਿਨਾਂ ਬਿੱਲ ਤੋਂ ਲੈਂਦੇ ਹਾਂ, ਉਹ ਦੁਕਾਨ ਦਾ ਰੇਟ ਉੱਤਾ ਕਰ ਲੈਂਦਾ, ਜਦੋਂ GST ਪਊਗਾ ਆਪਾਂ ਨੂੰ 2-3% ਜਿੰਨਾ ਹੁੰਦਾ, ਠੀਕ ਹੈ, ਉਹ ਕੋਸਟਲੀ ਪੈਂਦਾ। ਸਾਰਾ ਸ਼ੈੱਡ ਤੁਸੀਂ GST ਥਰੂ ਸਾਰੀ ਉਹ ਕਰਨਾ। ਫਿਰ ਜਿਹੜੀ ਆਪਣੀ ਸਟੇਟ ਦੀ ਹੁੰਦੀ ਆ ਰਾਜਧਾਨੀ, ਜਿੱਥੋਂ ਸਾਰਾ ਇਹ ਚੱਲਦਾ ਕੰਮ, ਉਹਨਾਂ ਨੇ ਟੀਮ ਆਉਣੀ ਹੈ NLM ਦੀ, ਠੀਕ ਹੈ, ਚੈੱਕ ਕਰਨ ਸਾਰਾ। ਉਹਨਾਂ ਨੇ ਸ਼ੈੱਡ ਵਗੈਰਾ ਚੈੱਕ ਕਰ ਲਿਆ, ਉਸ ਤੋਂ ਬਾਅਦ ਉਹਨਾਂ ਨੇ ਅਗਲੀ ਤੁਹਾਨੂੰ ਰਕਮ ਦੇਣੀ ਆ ਬੱਕਰੀਆਂ ਵਾਸਤੇ ਖਰੀਦਣ ਵਾਸਤੇ 10 ਲੱਖ ਰੁਪਈਆ, ਠੀਕ ਹੈ। ਅਤੇ ਜਿਹੜਾ ਤੁਹਾਡਾ 2.5 ਲੱਖ ਰੁਪਈਆ ਹੋਊਗਾ ਉਹਦਾ ਹੋਊਗਾ ਬੀਮਾ। ਇਹ ਹੁਣ ਆਪਾਂ ਸਟਾਰਟ 'ਚੋਂ ਕਰਦੇ ਹਾਂ ਇਹਦੇ ਵਾਸਤੇ ਬਈ ਕੀ ਚਾਹੀਦਾ ਡਾਕੂਮੈਂਟ ਵਗੈਰਾ, ਠੀਕ ਹੈ। ਸਭ ਤੋਂ ਪਹਿਲਾਂ ਜਿਹੜਾ ਹੁਣ ਤੁਹਾਡੇ ਕੋਲ ਪਹਿਲਾ ਸਟੈਪ ਹੋ ਗਿਆ, ਤੁਸੀਂ ਟ੍ਰੇਨਿੰਗ ਲੈ ਲਈ, ਸਰਟੀਫਿਕੇਟ ਬਣ ਗਿਆ, ਠੀਕ ਹੈ, ਇਹ ਜ਼ਰੂਰੀ ਸੀਗਾ। ਦੂਜੇ ਨੰਬਰ 'ਤੇ ਆ ਗਈ ਇੱਕ ਪ੍ਰੋਜੈਕਟ ਫਾਈਲ ਹੁੰਦੀ ਆ, ਤੁਹਾਡਾ ਸਾਰਾ ਕੰਮ ਇਹ 'ਤੇ ਹੀ ਹੈ ਪ੍ਰੋਜੈਕਟ ਫਾਈਲ 'ਤੇ। ਇਹ ਕੀ ਹੁੰਦੀ ਹੈ, ਇਹ ਹੁੰਦੀ ਹੈ 15-16 ਪੇਜਾਂ ਦੀ ਫਾਈਲ, ਜਿਵੇਂ ਆਹ ਆਪਣੇ ਸੈਲਰ ਲੱਗੀ ਜਾਂਦੇ, ਝੋਨੇ ਵਾਲੇ ਗੋਦਾਮ ਲੱਗੀ ਜਾਂਦੇ, ਉਹਨਾਂ ਦੀ ਵੀ ਇਹ ਬਣਦੀ ਹੁੰਦੀ ਹੈ ਪ੍ਰੋਜੈਕਟ ਫਾਈਲ। ਜੇ ਆਪਾਂ ਪੰਪ ਲਾਉਣਾ, ਕੋਈ ਵੀ ਲਾਉਣਾ, ਤੇਲ ਪੰਪ ਲਾਉਣਾ, ਉਹਦੀ ਵੀ ਪ੍ਰੋਜੈਕਟ ਫਾਈਲ ਬਣਦੀ ਹੈ, ਜਿਹ 'ਚ ਆਪਾਂ ਕੋਈ ਸਬਸਿਡੀ ਵਗੈਰਾ ਲੈਣੀ ਹੁੰਦੀ ਹੈ, ਪੈਲਸ ਬਣੀ ਜਾਂਦੇ, ਸਕੂਲ ਕਾਲਜ ਜਿੰਨੇ, ਇਹ ਬਣਦੀ ਬਣਦੀ ਹੈ। ਇਹਨੂੰ ਕੌਣ ਬਣਾਉਂਦਾ, ਇਹਨੂੰ CA ਬਣਾਉਂਦੇ ਆ, ਵਕੀਲ ਵੀ ਬਣਾ ਦਿੰਦੇ ਆ, ਠੀਕ ਹੈ। ਪਰ ਜਿਹੜਾ ਬੱਕਰੀਆਂ ਵਾਲੇ 'ਚ ਆ, ਇਹ 'ਚ ਆਪਣੇ ਇੱਧਰਲੇ CA ਨੂੰ ਹਜੇ ਇਹਦਾ ਪਤਾ ਨਹੀਂ ਗਾ ਪੂਰਾ, ਠੀਕ ਹੈ। ਬਾਹਰਲੀਆਂ ਸਟੇਟਾਂ 'ਚ ਲੋਨ ਬਹੁਤ ਹੋਈ ਜਾਂਦੇ ਆ, ਉਹਨਾਂ ਨੂੰ ਇਹਦਾ ਪਤਾ। ਇਹਦਾ ਖਰਚਾ ਹੁੰਦਾ 4-6 ਹਜ਼ਾਰ ਰੁਪਇਆ, ਅੱਡੋ ਅੱਡ ਲੈਂਦੇ ਆ ਆਪਦੇ ਤਜਰਬੇ ਦੇ ਹਿਸਾਬ ਨਾਲ ਬੰਦੇ ਲੋਕ, ਠੀਕ ਹੈ। ਉਹਦੇ ਵਿੱਚ ਉਹ ਫਾਰਮ ਵੀ ਭਰ ਦਿੰਦੇ ਆ ਤੁਹਾਨੂੰ। ਹੁਣ ਇਹਦੇ ਡਾਕੂਮੈਂਟ ਲਿਖ ਲਓ, ਇਹ ਤੁਹਾਨੂੰ ਇਕੱਲਾ ਇਕੱਲਾ ਲਿਖਾਊਂਗਾ। ਇਹ ਤੁਹਾਡੇ ਕੋਲ ਚੀਜ਼ਾਂ ਤੁਸੀਂ ਪਹਿਲਾਂ ਤਿਆਰ ਕਰਨੀਆਂ। ਇਹ ਮੈਂ ਤੁਹਾਨੂੰ ਆਪਣੇ ਗਰੁੱਪ 'ਚ ਵੀ ਭੇਜ ਦੂੰ, ਸ਼ਾਇਦ ਪਹਿਲਾਂ ਭੇਜੀਆਂ ਵੀ ਹੈਗੀਆਂ, ਠੀਕ ਹੈ। ਚਲੋ ਕਈ ਭਰਾ ਗਰੁੱਪ 'ਚ ਹੈ ਨਹੀਂ। ਇਹਦੇ ਵਿੱਚ ਵੱਡਾ ਸਵਾਲ ਆਉਂਦਾ ਬੰਦਿਆਂ ਦਾ ਬਈ ਜ਼ਮੀਨ, ਸਾਡੇ ਕੋਲ ਜ਼ਮੀਨ ਹੈ ਨਹੀਂ, ਜਾਂ ਸਾਡੇ ਕੋਲ ਜ਼ਮੀਨ ਹੈਗੀ ਹੈ, ਉਹਦੇ ਵਾਸਤੇ ਤੁਹਾਨੂੰ ਜਮ੍ਹਾਂਬੰਦੀ ਚਾਹੀਦੀ ਆ। ਜੇ ਤੁਹਾਡੇ ਆਪਦੇ ਨਾਂ ਹੈਗੀ ਹੈ, ਜੇ ਤੁਹਾਡੇ ਫਾਦਰ ਦੇ ਨੇਮ ਹੈਗੀ ਹੈ,
ਜਾਂ ਤੁਹਾਡੇ ਨਾਂ ਤੁਸੀਂ ਲੋਨ ਲੈਣਾ ਆਪਦੀ ਘਰ ਵਾਲੀ ਦੇ ਨਾਂ ਤੇ, ਜਾਂ ਤੁਹਾਡੇ ਪਿਤਾ ਦੇ ਨਾਂ ਮਾਤਾ ਦੇ ਨਾਂ ਲੋਨ ਤੁਸੀਂ ਲੈਣਾ, ਠੀਕ ਹੈ। ਇਹ ਦਿੱਕਤ ਆਉਂਦੀ ਆ, ਉਹ 'ਚ ਤੁਸੀਂ ਕੀ ਕਰੋਗੇ, ਲੀਜ਼ ਸਰਟੀਫਿਕੇਟ ਬਣਾਓਗੇ। ਇੱਕ ਲੀਜ਼ ਸਰਟੀਫਿਕੇਟ, ਇੱਕ ਤਾਂ ਹੁੰਦਾ ਰੈਂਟ ਵਾਲਾ, ਜਿਵੇਂ 11 ਮਹੀਨੇ 'ਤੇ ਦੁਕਾਨ ਦੇ ਦਿੰਦੇ ਆਪਾਂ, ਹੈ ਨਾ, ਉਹ ਨਹੀਂ ਚੱਲਣਾ ਇਹ 'ਚ। ਇਹ 'ਚ ਘੱਟੋ ਘੱਟ 8 ਸਾਲਾਂ ਦਾ ਤੁਸੀਂ ਲੀਜ਼ ਸਰਟੀਫਿਕੇਟ ਬਣਾਉਣਾ। ਤੁਹਾਡੇ ਫਾਦਰ ਸਾਹਿਬ ਤੁਹਾਨੂੰ ਹੀ ਲੀਜ਼ 'ਤੇ ਦੇਣਗੇ, ਵੀ ਮੈਂ ਆਪਦੇ ਮੁੰਡੇ ਨੂੰ ਕਿਰਾਏ 'ਤੇ ਦੇ ਰਿਹਾ, ਜ਼ਮੀਨ ਲੀਜ਼ 'ਤੇ ਦੇ ਰਿਹਾ 8 ਸਾਲਾਂ ਵਾਸਤੇ, ਕੋਈ 30,000 ਰੁਪਇਆ ਮੈਨੂੰ ਇਹਦੇ ਵਿੱਚ ਵੀ ਮੈਂ ਇਹਤੋਂ ਕਿਰਾਇਆ ਵਸੂਲੂੰਗਾ, ਠੀਕ ਹੈ। ਉਹ ਹੁੰਦਾ ਆਪਣਾ ਜਿਹੜਾ ਅਸਟਾਮ ਹੁੰਦਾ, 100 ਤੋਂ ਲੈ ਕੇ 500 ਰੁਪਏ ਵਾਲਾ ਕੋਈ ਵੀ ਵਰਤ ਸਕਦੇ ਹੋ ਤੁਸੀਂ, ਇਹਦੀ ਇੰਨੀ ਅਹਿਮੀਅਤ ਨਹੀਂ। ਉਹ ਵਿੱਚ ਜ਼ਰੂਰੀ ਹੈਗਾ ਜਿਹੜੀ ਗੱਲ ਹੈ, ਠੀਕ ਹੈ। ਅਤੇ ਜਮ੍ਹਾਂਬੰਦੀ ਸਹੀ ਹੋਣੀ ਚਾਹੀਦੀ ਹੈ। ਹੁਣ ਜਿਵੇਂ ਕਈ ਭਰਾ ਰਹਿੰਦੇ ਸ਼ਹਿਰ ਦੇ ਵਿੱਚ ਹੈ, ਜ਼ਮੀਨ ਪਿੰਡ ਦੇ ਵਿੱਚ ਹੈ, ਠੀਕ ਹੈ, ਉਹਦਾ ਕੋਈ ਚੱਕਰ ਨਹੀਂ ਗਾ। ਤੁਸੀਂ ਆਪਦਾ ਬਾਇਓਡਾਟਾ ਆਪਦਾ ਜਿੱਥੇ ਤੁਹਾਡੀ ਰੈਜੀਡੈਂਸ ਹੈਗਾ, ਘਰ ਹੈਗਾ, ਉਹਦਾ ਹੀ ਦੇਣਾ। ਅਤੇ ਜਿਹੜਾ ਬਕਾਇਦਾ ਜਿਹੜਾ ਦੇਣਾ ਤੁਸੀਂ ਸਾਰੇ ਪੇਪਰ ਜਿੱਥੇ ਫਾਰਮ ਪਾਉਣਾ, ਪਰ ਜਿੱਥੋਂ ਦੀ ਤੁਸੀਂ ਲੋਕੇਸ਼ਨ ਦੇਤੀ, ਫੋਟੋ ਦੇਤੀ, ਜਿੱਥੋਂ ਦੀ ਜਮ੍ਹਾਂਬੰਦੀ ਆ, ਉਹ ਕਿੱਲੇ ਦੇ ਵਿੱਚ ਹੀ ਲੋਨ ਪਾਸ ਹੋਊਗਾ। ਇਹ ਨਹੀਂ ਅੱਜ ਤੁਸੀਂ ਆਹ ਜਗ੍ਹਾ ਦਾ ਦੇਤਾ ਅਤੇ ਕੱਲ੍ਹ ਨੂੰ ਤੁਸੀਂ ਕਹੋ ਯਾਰ ਮੈਂ ਦੂਜੇ ਪਿੰਡ ਪਾਲੂੰਗਾ, ਉਹਨਾਂ ਨੇ ਉੱਥੇ ਜਗ੍ਹਾ 'ਤੇ ਮਨਜ਼ੂਰ ਕਰਨਾ ਤੁਹਾਡਾ। ਇਹ ਨਹੀਂ ਗਾ ਤੁਸੀਂ ਗਾਂਹ ਪਿਛਾਂ ਕਰ ਦਿਓਗੇ। ਇਹਦੇ ਵਾਸਤੇ 100 ਬੱਕਰੀ ਵਾਸਤੇ ਜ਼ਮੀਨ ਚਾਹੀਦੀ ਹੈ, ਘੱਟੋ ਘੱਟ 1 ਕਿੱਲਾ। ਉਹ ਕਾਹਦੇ ਵਾਸਤੇ, ਜਿਵੇਂ ਆਪਣਾ ਉਹ ਬਣਿਆ ਉਹ ਪੂਰਾ ਸਹੀ ਹੈ, ਮੰਨ ਲਓ 100 ਬੱਕਰੀ ਵਾਸਤੇ ਇੰਨੀ ਕੀ ਜਗ੍ਹਾ ਚਾਹੀਦੀ ਹੁੰਦੀ, ਸ਼ੈੱਡ ਵਗੈਰਾ ਵਾਸਤੇ, ਸਟੋਰ ਸਟਾਰ ਵਾਸਤੇ, ਠੀਕ ਹੈ। ਉਹਦੇ ਵਿੱਚ ਆ ਜਿਹੜਾ ਬਾਹਰ ਬਣਾਇਆ, ਇਹ ਬਣਾਉਣ ਦੀ ਲੋੜ ਨਹੀਂ ਹੁੰਦੀ, ਜਿਹੜਾ NLM 'ਚ ਹੁੰਦਾ ਉਹ ਵੱਡੇ ਸ਼ੈੱਡ ਦਾ ਹੀ ਸਾਈਜ਼ ਹੁੰਦਾ, ਉਹ ਪ੍ਰੋਜੈਕਟ ਫਾਈਲ 'ਚ ਬਣਾ ਦਿੰਦੇ ਆ ਉਹ, ਬਈ ਇੰਨੇ ਬਾਏ ਇੰਨੇ ਦਾ, ਉਹ ਚਾਹੇ ਛੱਪਰ ਵਗੈਰਾ ਦੇਸੀ ਢੰਗ ਨਾਲ, ਇਹ ਨਹੀਂ ਚੱਲਦਾ। ਪ੍ਰੋਪਰ ਫਾਰਮ ਹੁੰਦਾ, ਜਿਵੇਂ ਵੱਡੇ ਡੈਰੀ ਫਾਰਮ ਵਾਲੇ ਤੁਸੀਂ ਦੇਖੇ ਹੋਣਗੇ, ਠੀਕ ਹੈ। ਅਤੇ ਦੂਜੀ ਜ਼ਮੀਨ ਕੀ ਆ ਨਾਲ ਆਪਾਂ ਦਿਖਾਉਣੀ ਆ, ਸ਼ੋਅ ਹੀ ਕਰਨੀ ਆ, ਬਈ ਹਰੇ ਪੱਠੇ ਬੀਜੂੰਗਾ ਜੀ, ਚਾਰਾ ਬੀਜੂੰਗਾ, ਇੱਥੇ ਉਹ ਰੱਖੂੰਗਾ, ਉਹ ਰੱਖੂੰਗਾ, ਠੀਕ ਹੈ। ਘੱਟੋ ਘੱਟ 1 ਕਿੱਲੇ ਦੀ ਜਮ੍ਹਾਂਬੰਦੀ ਦੇਣੀ ਹੈ ਤੁਸੀਂ 100 ਬੱਕਰੀ ਨੂੰ। ਜੇ ਤੁਸੀਂ 500 ਬੱਕਰੀ ਨੇ ਉਹ ਤਾਂ 4-5 ਕਿੱਲਿਆਂ ਦੀ ਜਮ੍ਹਾਂਬੰਦੀ ਦੇਣੀ ਹੈ। ਇੱਕ ਇਹਦੇ ਵਿੱਚ ਇਹ ਚੱਕਰ ਆ, ਤੁਸੀਂ ਕੱਲ੍ਹ ਨੂੰ ਫਰੋਡ ਹੁੰਦੇ ਹੋ, ਭੱਜ ਜਾਂਦੇ ਹੋ, ਤੁਹਾਡੀ ਜ਼ਮੀਨ ਪਲੱਜ ਨਹੀਂ ਹੁੰਦੀ ਇਹ 'ਚ। ਸਰਕਾਰ ਨਾ ਜ਼ਮੀਨ ਦੀ ਕੁਰਕਰੀ ਕਰ ਸਕਦੀ, ਨਾ ਕੁਛ ਵੀ ਕਰ ਸਕਦੀ ਹੈ ਇਹ 'ਚ ਜ਼ਿਆਦਾ। ਇਹਨਾਂ ਨੂੰ ਸਿਕਿਉਰਿਟੀ ਤੰਗ, ਇਹ ਘੱਟ ਹੁੰਦੀ ਹੈ ਸਕੀਮ, ਲੋਨ ਘੱਟ ਪਾਸ ਹੁੰਦੇ ਆ, ਇਹ 'ਚ ਨਾ ਤਾਂ ਬੈਂਕ ਨੂੰ ਕੋਈ ਵੱਡੀ ਗਰੰਟੀ ਹੈਗੀ ਹੈ। ਜਿਵੇਂ ਹੁਣ ਆਪਾਂ ਲੈਂਟ ਬਣਾਉਣੇ ਆ 3-4 ਲੱਖ ਦੀ, ਉਹ ਸਾਰਾ ਨੰਬਰਾਂ 'ਤੇ ਚੜਾਉਂਦੇ ਆ ਕਾਨੂੰਨੀ ਤੌਰ 'ਤੇ ਬੈਂਕ ਵਾਲੇ, ਇਹ 'ਚ ਉਹ ਕੁਛ ਨਹੀਂ। ਇਹ ਸਰਕਾਰ ਨੇ ਚਲਾਈ ਹੈ ਬਈ ਬੇਜ਼ਮੀਨੇ ਬੇਰੁਜ਼ਗਾਰ ਜ਼ਮੀਨ ਨੌਜਵਾਨ ਫਿਰਦੇ ਕੰਮ ਆਪਦਾ ਸ਼ੁਰੂ ਕਰ ਲੈਣਗੇ, ਅਤੇ ਨਾਲੇ ਸਾਡਾ ਜਿਹੜਾ ਖਾਣ ਪੀਣ ਦੀ ਸਾਡੀ ਸਹੂਲਤ ਇਹ ਪੂਰੀ ਹੋਈ ਜਾਊ। ਬਾਹਰੋਂ ਨਾ ਮੰਗਾਉਣਾ, ਬਾਹਰੋਂ ਹੁਣ ਮਹਿੰਗਾ ਪੈਂਦਾ, ਖਰਚਾ ਪੈਂਦਾ, ਠੀਕ ਹੈ। ਇਹ ਜ਼ਮੀਨ ਦਾ ਹੁੰਦਾ, ਜ਼ਮੀਨ ਦੇ ਹੀ ਕਾਗਜ਼ ਤੁਹਾਡੇ ਕੋਲ ਜਮ੍ਹਾਂਬੰਦੀ, ਉਹ ਤੁਸੀਂ ਤਾਜ਼ੀ ਕਢਾ ਕੇ ਲਿਆਉਣੀ ਆ, ਠੀਕ ਹੈ। ਜਿੰਨੇ ਵੀ ਮੈਂ ਡਾਕੂਮੈਂਟ ਲਿਖਾਊਂਗਾ, ਇਹ ਤੁਸੀਂ ਇੱਕ ਸਕੈਨਰ ਆਉਂਦਾ PDF ਬਣਾਉਣ ਵਾਲਾ, ਠੀਕ ਹੈ, ਉਹ ਮੈਂ ਗਰੁੱਪ 'ਚ ਭੇਜ ਦੂੰਗਾ ਤੁਹਾਨੂੰ। ਜਿਵੇਂ ਹੁਣ ਤੁਸੀਂ ਆਹ ਹੁਣ ਫੋਟੋ ਕਾਪੀ ਹੈ ਇੱਧਰ, ਠੀਕ ਹੈ, ਆਹ ਤੁਹਾਡੀ ਜਮ੍ਹਾਂਬੰਦੀ ਵਾਲਾ ਜਿਹੜਾ ਆਪਾਂ ਨੂੰ ਉਹਨਾਂ ਨੇ ਕੱਢ ਕੇ ਦੇਣੇ, ਠੀਕ ਹੈ। ਇਹ ਲੈ ਲਿਆ, ਇਹਨੂੰ ਐਂ ਚਾਨਣੇ ਰੱਖਣਾ ਦੇਣੇ, ਉਹ ਸਕੈਨਰ ਦੇ ਰਾਹੀਂ ਫੋਟੋ ਖਿੱਚਣੀ ਅਤੇ ਇਹਦੀ PDF ਬਣਾ ਲੈਣੀ ਹੈ। ਸਾਰੇ ਜਿੰਨੇ ਡਾਕੂਮੈਂਟ ਹੈ PDF ਬਣਾਉਣੇ ਹੈ। ਇਹ ਆਪਾਂ ਕਿਹਨੂੰ ਭੇਜਣਾ, ਜਿਹੜਾ ਪ੍ਰੋਜੈਕਟ ਫਾਈਲ ਬਣਾ ਕੇ ਦੇਊਗਾ ਆਪਾਂ ਨੂੰ, ਇਹ ਉਹਨੂੰ ਆਪਾਂ ਸਬਮਿਟ ਕਰਾਉਣੇ ਹੈ, ਠੀਕ ਹੈ। ਕੋਈ ਫੋਟੋ ਕਾਪੀਆਂ ਨਹੀਂ ਦੇਣੀਆਂ, ਕੁਛ ਨਹੀਂ ਦੇਣਾ, ਠੀਕ ਹੈ। ਪਹਿਲੇ ਨੰਬਰ 'ਤੇ ਇਹ ਕਾਗਜ਼ ਜ਼ਰੂਰੀ ਹੈ। ਦੂਜੇ ਨੰਬਰ 'ਤੇ ਜਗ੍ਹਾ ਦੀ ਫੋਟੋ, ਠੀਕ ਹੈ। ਉਹਦੇ ਵਿੱਚ ਤੁਹਾਡਾ ਪੁਰਾਣਾ ਬੱਕਰੀ ਫਾਰਮ ਨਹੀਂ ਹੋਣਾ ਚਾਹੀਦਾ, ਜਗ੍ਹਾ 'ਚ ਹੋਰ ਕੋਈ ਕਮਰਾ ਕੋਈ ਹੋਰ ਮਾੜਾ ਮੋਟਾ ਹੈਗਾ ਉਹ ਚੱਲ ਜਾਊਗਾ। ਜਿਵੇਂ ਹੁਣ ਮੈਂ ਇੱਥੇ ਦੇਣੀ ਆ, ਮੰਨ ਲਓ ਸਾਹਮਣੇ ਸਾਰਾ ਜ਼ਮੀਨ ਆ, ਇੱਥੇ ਮੈਂ ਲੋਨ ਪਾਸ ਕਰਾਉਣਾ, ਠੀਕ ਹੈ। ਤੁਸੀਂ ਸਾਹਮਣੇ ਖੜ ਜਾਣਾ, ਉਹ ਐਪ ਆਉਂਦਾ, ਐਪ ਦਾ ਵੀ ਮੈਂ ਲਿੰਕ ਭੇਜ ਦੂੰਗਾ, ਠੀਕ ਹੈ। ਉਹਦੇ ਵਿੱਚ ਮੈਪ ਰੀਡਿੰਗ ਨਾਲ ਮੰਨ ਲਓ ਸਾਰਾ ਆਉਂਦਾ ਹੁੰਦਾ, GPS ਹੁੰਦਾ, ਠੀਕ ਹੈ। ਸਾਰੀ ਲੋਕੇਸ਼ਨ ਆਉਂਦੀ ਹੈ, ਸਾਰੇ ਡੇਟ ਆਉਂਦੀ ਹੈ, ਸਾਰਾ ਟਾਈਮ ਆਉਂਦਾ, ਠੀਕ ਹੈ। ਉਹਦੇ ਰਾਹੀਂ ਤੁਸੀਂ ਸਾਫ਼ 2-3 ਫੋਟੋਆਂ ਖਿੱਚ ਕੇ ਉਹਦੀ ਵੀ PDF ਬਣਾ ਕੇ ਭੇਜਣੀ, ਠੀਕ ਹੈ।
ਇਹ ਕਰ ਲਓ। ਤੀਜੇ ਨੰਬਰ 'ਤੇ ਆ ਗਿਆ ਪੈਨ ਕਾਰਡ, ਇਹ ਹਰੇਕ ਕੋਲ ਹੁੰਦਾ ਆਪਣੇ ਕੋਲ, ਠੀਕ ਹੈ। ਚੌਥੇ ਨੰਬਰ 'ਤੇ ਆ ਗਿਆ ਆਧਾਰ ਕਾਰਡ, ਇਹ ਵੀ ਹੁੰਦਾ ਆਪਣੇ ਕੋਲ, ਠੀਕ ਹੈ। ਇੱਕ ਹੁਣ ਆ ਗਿਆ ਬੈਂਕ ਦੀ, ਜਿਹੜਾ ਬੈਂਕ ਦਾ ਵੱਡਾ ਰੋਲ ਆ ਇਹਦੇ ਵਿੱਚ, ਠੀਕ ਹੈ। ਹੁਣ ਆਪਾਂ ਕਿਹੜੀਆਂ ਕਿਹੜੀਆਂ ਬੈਂਕਾਂ ਦਿੰਦੀਆਂ ਲੋਨ ਇਹ ਸਕੀਮ 'ਚ? ਸਭ ਤੋਂ ਪਹਿਲਾਂ ਮੈਂ ਜਿਹੜੀ ਆਪਸ਼ਨ ਦੂੰਗਾ, ਸਰਕਾਰੀ, ਤੁਸੀਂ ਸਰਕਾਰੀ ਖਾਤਾ ਹੀ ਹੋਣਾ ਚਾਹੀਦਾ ਤੁਹਾਡਾ, SBI ਹੋ ਗਈ, ਪੰਜਾਬ ਸਿੰਧ ਹੋ ਗਈ, ਇਹ ਹੋਊਗਾ, ਠੀਕ ਹੈ। ਇਹ ਤੋਂ ਇਲਾਵਾ ਕੈਨਰਾ ਵਗੈਰਾ ਜਿਹੜੀਆਂ ਪ੍ਰਾਈਵੇਟ ਅਰਧ ਸਰਕਾਰੀ ਹੈ, ਜਿਹੜੀਆਂ ਮੰਨ ਲਓ ਸਰਕਾਰੀ ਬੈਂਕਾਂ ਦੇ ਬਰਾਬਰ ਹੀ ਕੰਮ ਕਰੀ ਜਾਂਦੀਆਂ, ਜਿਵੇਂ HDFC ਵਗੈਰਾ ਹੋਊਗਾ, ਜਿਹੜੀਆਂ ਐਕਸੈਸ ਹੋਊਗਾ, ਇਹਨਾਂ 'ਚ ਨਹੀਂ ਹੁੰਦਾ ਇਹ, ਠੀਕ ਹੈ। ਪਰ ਕੋਸ਼ਿਸ਼ ਕਰੋ ਜੇ ਤੁਸੀਂ ਸਰਕਾਰੀ ਬੈਂਕ 'ਚ ਹੀ ਲਾਉਣ ਦੀ, ਠੀਕ ਹੈ। ਉਹ ਤੁਹਾਡਾ ਮੰਨ ਲਓ ਉਹ ਮਨਾ ਵੀ ਨਹੀਂ ਕਰ ਸਕਦੀ, ਉਹ 'ਤੇ ਆਪਾਂ ਜ਼ੋਰ ਵੀ ਪਾ ਸਕਦੇ ਹਾਂ, ਕਿਉਂਕਿ ਸਰਕਾਰੀ ਉਹ ਹੈਗਾ, ਉਹ ਲਿਖਤੀ ਪੜ੍ਹਤੀ ਕੰਮ ਕਰਦੇ ਆ ਆਪਦਾ ਸਾਰਾ। ਇਹਦੀ ਤੁਸੀਂ ਹੁਣ ਜਿਹੜਾ ਅੱਜ ਤੋਂ ਬਾਅਦ ਜਾ ਕੇ ਕੰਮ ਕਰਨਾ, 6 ਮਹੀਨਿਆਂ ਦੀ ਬੈਕ ਆਪਣੀ ਸਟੇਟਮੈਂਟ ਲੈਣੀ ਹੈ 6 ਮਹੀਨਿਆਂ ਦੀ, ਇਹ ਚਾਹੀਦੀ ਹੈ, ਜ਼ਰੂਰੀ ਹੈ ਇਹ। ਹੁਣ ਤੁਹਾਡਾ ਖਾਤਾ HDFC 'ਚ ਆ, ਉਹ ਤਾਂ ਬੈਂਕ 'ਚ ਲੋਨ ਦੇਣਾ ਨਹੀਂ ਗਾ, ਠੀਕ ਹੈ। ਹੋਰ ਤੁਹਾਡਾ ਸਰਕਾਰੀ ਬੈਂਕ 'ਚ ਕੋਈ ਖਾਤਾ ਹੈ ਨਹੀਂ, ਉੱਥੇ ਸਮੱਸਿਆ ਆ ਜੂਗੀ। ਉੱਥੇ ਕੀ ਕਰਨਾ ਤੁਸੀਂ, ਜਿਵੇਂ ਸਰਕਾਰੀ ਬੈਂਕ 'ਚ ਅੱਜ ਖਾਤਾ ਖੁਲਾ ਲਿਆ, ਅਤੇ ਆਪਾਂ 6 ਮਹੀਨਿਆਂ ਦੀ ਸਟੇਟਮੈਂਟ ਤਾਂ ਉਹਨਾਂ ਨੇ ਕਿੱਥੋਂ ਦੇਣਗੇ ਜਦੋਂ ਖਾਤੇ ਅੱਜ ਖੁਲਾਇਆ? ਉਹ ਤੁਸੀਂ ਜਿਹੜੀ ਵੀ ਤੁਹਾਡਾ ਪੁਰਾਣਾ ਖਾਤਾ ਹੈਗਾ, ਪੁਰਾਣਾ ਸਟੇਟਮੈਂਟ ਹੈਗੀ ਆ, ਉਹਦੀ ਕਢਾ ਕੇ ਤੁਸੀਂ ਦੇ ਦੇਣੀ ਹੈ। ਉਹਦਾ ਕੋਈ ਸੰਬੰਧ ਨਹੀਂ ਹੈ, ਤੁਸੀਂ ਲੋਨ ਕਿਹੜੀ ਬੈਂਕ 'ਚੋਂ ਲੈ ਰਹੇ ਹੋ, ਸਟੇਟਮੈਂਟ ਕਿਹੜੀ ਦੀ ਹੈ। ਅਤੇ ਜੇ ਤੁਹਾਡੀ ਉਹਦੇ ਵਿੱਚ ਹੀ ਹੈਗੀ ਆ ਉਹੀ ਖਾਤਾ ਪੁਰਾਣਾ, ਫਿਰ ਉਹਦੀ ਸਟੇਟਮੈਂਟ ਹੀ ਦੇਣੀ ਹੈ, ਠੀਕ ਹੈ, ਇਹ ਜ਼ਰੂਰੀ ਹੈ। ਇੱਕ ਹੁੰਦਾ ਕੈਂਸਲ ਚੈੱਕ, ਜਿਹੜੀ ਆਪਣੀ ਜਿਹੜੇ ਅਕਾਊਂਟ ਦੀ ਜਿਹ 'ਚ ਆਪਾਂ ਲੋਨ ਵਾਸਤੇ ਲਾਉਣਾ ਬੈਂਕ 'ਚ, ਠੀਕ ਹੈ, ਉਹ ਚੈੱਕ ਆਪਾਂ ਨੂੰ ਚੈੱਕ ਬੁੱਕ ਮਿਲਦੀ ਹੁੰਦੀ ਹੈ। ਆਹ ਹੁਣ ਚੈੱਕ ਰੱਖ ਲਓ ਇੱਕ, ਠੀਕ ਹੈ, ਇਹ ਕੈਂਸਲ ਚੈੱਕ ਚਾਹੀਦਾ। ਹੁਣ ਕੈਂਸਲ ਚੈੱਕ ਦਾ ਵੀ ਨਹੀਂ ਕਈਆਂ ਨੂੰ ਪਤਾ ਹੁੰਦਾ, ਇਹ 'ਚ ਬੜੀ ਵੱਡੀ ਸਮੱਸਿਆ ਆਉਂਦੀ ਹੈ, ਠੀਕ ਹੈ। ਉਹਤੇ ਕੀ ਕਰਨਾ, ਪੈਨ ਨਾਲ ਲਕੀਰਾਂ ਮਾਰ ਲੈਣੀਆਂ 2, ਠੀਕ ਹੈ, ਕੈਂਸਲ ਲਿਖ ਦੇਣਾ ਵਿੱਚ, ਬਸ ਵੱਡੇ ਅੱਖਰਾਂ 'ਚ ਲੈ ਦਿਓ, ਛੋਟਿਆਂ 'ਚ ਲੈ ਦਿਓ, ਕੈਂਸਲ ਲਿਖਣਾ ਇੰਗਲਿਸ਼ ਦੇ ਵਿੱਚ, ਠੀਕ ਹੈ। ਇਹ ਚਾਹੀਦੇ ਆ, ਇਹਦੀ ਵੀ PDF ਫਾਈਲ ਹੀ ਬਣਾਉਣੀ ਆ ਤੁਸੀਂ। ਇੱਕ ਤੁਹਾਡੀ ਪਾਸਪੋਰਟ ਫੋਟੋ ਚਾਹੀਦੀ ਹੈ, ਉਹਦੀ ਵੀ PDF ਬਣਾਉਣੀ ਹੈ। ਇੱਕ ਹੋ ਗਿਆ ਟ੍ਰੇਨਿੰਗ ਸਰਟੀਫਿਕੇਟ, ਇਹਦੀ ਵੀ PDF ਬਣਾ ਕੇ ਭੇਜਣੀ ਹੈ। ਇੱਕ ਜਿਹੜੀ ਆਪਣੀ ਬੈਂਕ ਖਾਤੇ ਦੀ ਕਾਪੀ ਹੁੰਦੀ ਆ, ਉਹਨੂੰ ਖੋਲ੍ਹ ਕੇ ਪਹਿਲਾ ਪੇਜ ਹੁੰਦਾ ਜਿਹਦੇ 'ਤੇ ਸਾਰੀ ਡਿਟੇਲ ਹੁੰਦੀ ਆ ਆਪਣੀ, ਠੀਕ ਆ, ਨਾਮ ਨੂਮ ਲਿਖਿਆ ਹੁੰਦਾ, ਉਹਦੀ ਵੀ ਫੋਟੋ ਪਹਿਲੇ ਪੇਜ ਦੀ ਖਿੱਚ ਕੇ ਉਹਦੀ ਵੀ PDF ਬਣਾ ਕੇ ਰੱਖਣੀ ਹੈ। ਇੱਕ ਜਿਹੜਾ ਸਾਰਿਆਂ ਨਾਲੋਂ ਜ਼ਰੂਰੀ ਆ, ਉਹ ਈਮੇਲ ID ਹੋਣੀ ਚਾਹੀਦੀ ਹੈ ਤੁਹਾਡੀ, ਜਿਹੜੇ ਭਰਾ ਦੀ ਨਹੀਂ ਹੈਣੀ, ਤੁਹਾਨੂੰ ਪਾਸਵਰਡ, ਜੇ ਤੁਹਾਨੂੰ ਪਾਸਵਰਡ ਨਹੀਂ ਯਾਦ, ਆਪਦੀਆਂ ਨਵੀਆਂ ਬਣਾ ਲਓ ਜੀ। ਈਮੇਲ ID ਪ੍ਰੋਪਰ ਚਾਹੀਦੀ ਹੈ ਤੁਹਾਡੇ ਕੋਲ, ਇਹ ਆਪਦੇ ਫੋਨ 'ਚ ਬਣਦੀ ਹੈ, ਬਣਾ ਲਓ ਜੀ, ਠੀਕ ਹੈ। ਇੱਕ ਤੁਹਾਡੀ ਮਾਤਾ ਦਾ ਨਾਮ, ਇਹ ਲਿਖ ਕੇ ਅੱਡ ਭੇਜਣਾ, ਫਾਦਰ ਦਾ, ਅਤੇ ਉਹ 'ਤੇ ਹੁੰਦਾ ਜੀ ਆਧਾਰ ਕਾਰਡ 'ਤੇ। ਇਹ ਹੁਣ ਹੋ ਗਏ ਜਿਹੜੇ ਡਾਕੂਮੈਂਟ, ਜਦੋਂ ਇਹ ਤੁਹਾਡੇ ਕੋਲ PDF ਬਣ ਗਈਆਂ, ਜਿਵੇਂ ਮੰਨ ਲਓ ਮੈਂ ਤੁਹਾਨੂੰ ਪ੍ਰੋਜੈਕਟ ਮੈਥੋਂ ਤਿਆਰ ਕਰਵਾਉਣੀ ਹੈ, ਤੁਸੀਂ ਇਹ ਸਾਰਾ ਸਮਾਨ ਮੈਨੂੰ ਭੇਜਣਾ ਤੁਸੀਂ, ਠੀਕ ਹੈ। ਤੁਹਾਡੀ 3 ਦਿਨਾਂ ਦੇ ਵਿੱਚ ਪ੍ਰੋਜੈਕਟ ਫਾਈਲ ਤਿਆਰ ਹੋ ਜੂਗੀ ਸਾਰਾ। ਉਹ 'ਚ ਪ੍ਰੋਜੈਕਟ ਫਾਈਲ ਕੀ ਹੁੰਦੀ ਹੈ, ਠੀਕ ਹੈ, ਇਹਦੇ ਵਿੱਚ ਤੁਸੀਂ ਸਾਰਾ ਸਰਕਾਰ ਨੂੰ ਦੱਸਣਾ ਬਈ ਮੈਂ ਕਿਉਂ ਕਰਨਾ ਚਾਹੁੰਦਾ ਇਹ ਕੰਮ, ਕਿੰਨੇ ਤੋਂ ਸ਼ੁਰੂ ਕਰੂੰਗਾ, ਕਿਵੇਂ ਕਰੂੰਗਾ, ਇੰਨਾ ਸ਼ੈੱਡ ਪਾਊਂਗਾ, ਆਹ ਦਿਸ਼ਾ 'ਚ ਸ਼ੈੱਡ ਪਾਊਂਗਾ, ਆਹ ਨਸਲ 'ਤੇ ਕੰਮ ਕਰੂੰਗਾ। ਜਿਹੜੀ ਤੁਸੀਂ ਨਸਲ ਪਹਿਲਾਂ ਦੱਸਤੀ ਪ੍ਰੋਜੈਕਟ ਫਾਈਲ 'ਚ ਲਿਖਾ ਤੀ, ਉਹੀ ਰੱਖਣੀ ਪੈਣੀ ਹੈ। ਬੀਟਲ ਲਿਖਾ ਕੇ ਤੁਸੀਂ ਬਰਬਰੀ ਨਹੀਂ ਦਿਖਾ ਸਕਦੇ ਉੱਥੇ, ਮਾੜੀ ਮੋਟੀ ਮੇਲ ਤੇਲ ਦੀ ਬੀਟਲ ਦੇ ਵਿੱਚ ਦੇਸੀ ਦਿਖਾ ਸਕਦੇ ਹਾਂ ਆਪਾਂ, ਕਾਲੀਆਂ ਬੱਕਰੀਆਂ, ਠੀਕ ਹੈ। ਪਰ ਐਂ ਨਹੀਂ ਗਾ ਤੁਸੀਂ ਬੱਕਰੀ ਸਰੋਹੀ ਵਿਖਾ ਦਿਓ ਜਾਂ ਬੀਟਲ ਦੀ ਥਾਂ 'ਤੇ, ਉਹ ਇਹਦੇ ਵਿੱਚ ਤੁਸੀਂ ਭੇਡਾਂ ਵੀ ਰੱਖ ਸਕਦੇ ਹੋ, ਬੱਕਰੀਆਂ ਵੀ ਰੱਖ ਸਕਦੇ ਹੋ, ਠੀਕ ਹੈ। ਉਹ ਤੁਹਾਨੂੰ ਪਹਿਲਾਂ ਦੱਸਣਾ ਪਊਗਾ ਭੇਡ 'ਤੇ ਕੰਮ ਕਰਨਾ ਕਿ ਬੱਕਰੀ 'ਤੇ, ਬੱਕਰੀ 'ਤੇ ਕਰਨਾ
ਕਿਹੜੀ ਨਸਲ ਤੇ ਕਰਨਾ, ਠੀਕ ਹੈ, ਨਸਲ ਕਿਹੜੀ ਆ ਉਹ ਲਿਖਾਤੀ, ਕਿੰਨੇ ਉਮਰ ਦੀ ਮੈਂ ਬੱਕਰੀ ਲਊਂਗਾ ਇਹਦੇ ਵਿੱਚ, ਉਹ ਸਾਰਾ ਹੁੰਦਾ ਪ੍ਰੋਜੈਕਟ ਫਾਈਲ ਵਾਲੇ ਦੇ ਕੰਮ ਹੁੰਦਾ, ਬਰੀਕੀ ਕੰਮ ਹੈ ਉਹ 'ਚ। ਪਹਿਲਾਂ ਕੀਮਤ ਪਾਈ ਜਾਂਦੀ ਹੈ ਬਈ ਮੈਂ 8,000 ਦੀ ਬੱਕਰੀ ਲਊਂਗਾ, 9-10,000 ਦੀ ਇੱਥੋਂ ਤਾਂ ਹੀ ਭਰਦੇ ਹੁੰਦੇ 10,000 ਦੀ, ਕਿਉਂਕਿ ਉਹਨਾਂ ਨੇ ਸਾਰਾ ਪ੍ਰੋਜੈਕਟ ਦੇ ਵਿੱਚ 20 ਲੱਖ ਦੇ ਵਿੱਚ ਹੀ ਕਰਨਾ ਹੁੰਦਾ ਸਾਰਾ, ਸ਼ੈੱਡ ਵਗੈਰਾ ਦਾ ਸਾਰਾ ਉਹਨਾਂ ਦਾ ਗੁਣਾ ਘਟਾਓ ਕੀਤਾ ਹੁੰਦਾ ਉਹਨਾਂ ਦਾ, ਆਪੇ ਕਰ ਦਿੰਦੇ ਆ ਉਹ, ਠੀਕ ਹੈ। ਇਹ ਸਾਰਾ ਹੁੰਦਾ ਸਾਰਾ ਬੈਂਕ ਦੀ ਡਿਟੇਲ। ਇੱਕ ਇਹਦੇ ਵਿੱਚ ਬੱਕਰੀ ਪਾਲਣ ਬਾਰੇ ਦੱਸਿਆ ਹੁੰਦਾ, ਭਾਰਤ 'ਚ ਕਿੰਨੇ ਪਰਸੈਂਟ ਬੱਕਰੀ ਦਾ ਮਾਸ ਚੱਲਦਾ, ਕਿੰਨਾ ਦੁੱਧ ਵਰਤਦੇ ਆ, ਕਿੰਨੀ ਗਾਂਹ ਲੋੜ ਹੈ, ਸਰਕਾਰ ਨੂੰ ਦੱਸਣਾ ਹੁੰਦਾ। ਉਹ ਹਰੇਕ ਪ੍ਰੋਜੈਕਟ ਫਾਈਲ ਦਾ ਸੇਮ ਪੇਜ ਹੀ ਹੁੰਦੇ ਆ ਦੋ ਕੁ, ਉਹ ਸਰਕਾਰ ਨੂੰ ਪੰਪ ਹੀ ਦੇਣੇ ਹੁੰਦੇ ਆ ਬਈ ਸਾਨੂੰ ਕੀ ਪਤਾ ਦੇ ਦੇ ਲੋਨ ਇਹ, ਬਈ ਇਹ ਬੱਕਰੀ ਪਾਲਣ ਬਹੁਤ ਵਧੀਆ ਜੀ, ਮੈਂ 10 ਸਾਲਾਂ ਤੋਂ ਕਰ ਰਿਹਾ ਜੀ, 20 ਕੁ ਬੱਕਰੀਆਂ ਤੋਂ, ਹੁਣ ਮੇਰਾ ਜੀ ਮਨ ਕੀਤਾ ਮੈਂ ਵੱਡੇ ਲੈਵਲ 'ਤੇ ਕਰਾਂ ਇਹ ਜੋ, ਉਹ ਸਾਰਾ ਸੇਮ ਹੀ ਹੁੰਦਾ, ਉਹ ਉਹਨੇ ਆਪ ਹੀ ਲੈ ਕੇ ਸੀ ਇਹਨੇ ਲਾ ਦੇਣਾ ਹੁੰਦਾ, ਠੀਕ ਹੈ। ਵਿੱਚ ਇਹ 13-14 ਪੇਜਾਂ ਦੀ ਬਣਦੀ ਹੈ, ਇਹ ਮੇਰੀ ਹੈਗੀ ਹੈ ਫਾਈਲ ਬਣੀ, ਅਤੇ ਮੈਂ ਨਾ ਉਹ 'ਚ ਕਿਉਂਕਿ ਮੇਰਾ ਬੈਂਕ ਡਿਟੇਲ ਹੈ ਉਹ ਮੈਂ ਢਵਾ ਕੇ ਨਾ ਤੁਹਾਨੂੰ ਮੈਂ ਭੇਜ ਦੂੰਗਾ, ਠੀਕ ਹੈ, ਉਹ 'ਚ ਤੁਸੀਂ ਆਪਦਾ ਪੜ੍ਹ ਕੇ ਤੁਹਾਨੂੰ ਅੰਡਰਸਟੈਂਡ ਕਰ ਜਾਓਗੇ। ਇੱਕ ਉਹਦੇ ਵਿੱਚ ਹੁੰਦਾ ਬਈ ਕਿੰਨੀਆਂ ਕਿਸ਼ਤਾਂ ਬਣਨਗੀਆਂ ਮੇਰੀਆਂ, ਕਿੰਨਾ ਵਿਆਜ ਬਣੂਗਾ, ਕਿੰਨੇ ਮੇਵਣੇ ਜੰਮਣਗੀਆਂ ਬੱਕਰੀਆਂ, ਮੇਵਣਾ ਮੈਂ ਆਹ ਰੇਟ 'ਤੇ ਵੇਚੂੰਗਾ, ਇੰਨੇ ਪੈਸੇ ਇਨਕਮ ਆਊਗੀ ਮੈਨੂੰ, ਇੰਨੇ 5-10% ਮੇਵਣੇ ਮਰਨਗੇ ਵੀ ਵਿੱਚੋਂ, ਇੰਨਾ ਪਰਸੈਂਟ ਮੇਰਾ ਡਾਕਟਰ ਲੈ ਕੇ ਜਾਊਗਾ, ਇੰਨੀ ਮੇਰੀ ਲੇਬਰ ਦਾ ਖਰਚਾ ਆਊਗਾ, ਸਾਰਾ ਉਹ ਇਹਦੇ ਵਿੱਚ ਹੀ ਹੁੰਦਾ ਪ੍ਰੋਜੈਕਟ ਫਾਈਲ ਦੇ। ਇਹ ਮੇਨ ਹੁੰਦੀ ਹੈ ਸਾਰੀ, ਇਹ CA ਨਹੀਂ ਤਿਆਰ ਕਰਵਾਉਣੀ ਆ, ਇਹ ਸਹੀ ਤੁਹਾਡੀ ਹੋਈ ਅਤੇ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ। ਇਹ ਵੀ ਬਹੁਤ ਵਿੱਚ ਜਾਲੀ ਜੂਲੀ ਉਹੀ ਬਣਾ ਦਿੰਦੇ ਆ, ਜਿਵੇਂ ਹੁਣ ਮੈਂ ਤੁਹਾਨੂੰ ਭੇਜ ਤੀ ਮੇਰੇ ਵਾਲੀ ਤੋਂ ਮੇਰਾ ਨਾਂ ਚੱਕ ਕੇ ਤੁਸੀਂ ਆਪਦਾ ਲਿਖ ਲਿਆ, ਆਪਦਾ ਖਾਤਾ ਚੇਂਜ ਕਰ ਲਿਆ, ਉੱਥੇ ਬੰਦਾ ਮਾਰ ਖਾ ਜਾਂਦਾ, ਕਈ ਹਜ਼ਾਰ 2-2 ਹਜ਼ਾਰ 'ਚ ਬਣਾਈ ਜਾਂਦੇ, ਉਹ ਐਂ ਕਰਦੇ ਆ ਕਾਪੀ ਪੇਸਟ ਕਰੀ ਜਾਂਦੇ ਆ, ਠੀਕ ਹੈ। ਪਰ ਇਹ ਪ੍ਰੋਪਰ ਬਣਵਾਉਣੀ ਆਪਾਂ ਪੂਰੇ ਵਧੀਆ ਬੰਦੇ ਤੋਂ, ਜਿਹੜਾ ਪੂਰਾ ਸਮਝਦਾਰ ਆ, ਪੂਰਾ ਜ਼ਿੰਮੇਵਾਰੀ ਵਾਲਾ ਬੰਦਾ, ਠੀਕ ਹੈ। ਇਹ ਬਣ ਗਈ ਫਾਈਲ, ਉਹਨੇ ਬਣਾ ਕੇ ਤੁਹਾਨੂੰ ਫਿਰ PDF ਭੇਜ ਦੇਣੀ ਹੈ, ਸਾਰਾ ਤੁਹਾਡਾ ਬਾਇਓਡਾਟਾ ਬਣਾ ਕੇ ਦੂਜੇ ਜਿਹੜੇ ਡਾਕੂਮੈਂਟ ਆ ਉਹਨਾਂ ਦਾ ਕੰਮ ਖਤਮ ਹੋ ਜਾਣਾ ਜਿਹੜਾ ਤੁਸੀਂ ਭੇਜਿਆ, ਤੁਹਾਨੂੰ ਉਹਨੇ ਇੱਕ ਆ PDF ਬਣਾ ਕੇ ਭੇਜ ਦੇਣੀ ਹੈ ਤੁਹਾਡੇ ਮੋਬਾਈਲ 'ਚ, ਉਹਦਾ ਤੁਸੀਂ ਖਿੱਚਣਾ ਫੋਟੋ ਕਾਪੀ ਕਰਾ ਲੈਣੀ ਹੈ, ਫੋਟੋ ਕਾਪੀ ਫਾਈਲ ਕਢਾ ਲੈਣੀ ਹੈ ਸਾਰੀ, ਠੀਕ ਹੈ। ਉਹਦੇ ਜਿਹੜਾ ਫਰੰਟ ਵਾਲਾ ਪੇਜ ਹੋਊਗਾ, ਇੱਕ ਲਾਸਟ ਵਾਲਾ, ਉਹ 'ਤੇ ਹੋਊਗਾ ਜਿਹੜਾ ਵੈਟਨਰੀ ਡਾਕਟਰ ਹੋਊਗਾ ਆਪਣਾ, ਇੰਸਪੈਕਟਰ ਹੁੰਦਾ ਰੈਂਕ ਦਾ ਆਪਣਾ, ਵੱਡੇ ਪਿੰਡਾਂ 'ਚ ਹੁੰਦਾ, 4-5 ਪਿੰਡਾਂ ਦਾ ਜਿਹੜਾ ਵੱਡਾ ਹਸਪਤਾਲ ਹੁੰਦਾ, ਇੱਕ ਛੋਟੇ ਹੁੰਦੇ ਆ ਉਹ 4-5 ਪਿੰਡਾਂ ਦੇ ਉੱਤੇ ਹੁੰਦਾ ਇੰਸਪੈਕਟਰ ਲਾਇਆ, ਹੁਣ ਨਵੇਂ ਮੁੰਡੇ ਲਾਏ ਆ, ਠੀਕ ਹੈ। ਉਦੋਂ ਤੁਸੀਂ ਟੈਸਟਡ ਕਰਾ ਲੈਣੇ ਆ ਦੋਵੇਂ ਪੇਜ, ਟੈਸਟਡ ਕਰਾ ਕੇ ਉਹਨੂੰ ਦੁਬਾਰੇ ਫਿਰ ਸਾਰਾ ਉਹੀ ਸਕੈਨਰ ਦੇ ਥਰੂ PDF ਬਣਾ ਕੇ, ਜੇ ਤਾਂ ਤੁਸੀਂ ਫਾਰਮ ਆਪ ਭਰ ਸਕਦੇ ਹੋ ਵੈਬਸਾਈਟ 'ਤੇ ਜਾ ਕੇ ਆਪ ਵੀ ਭਰ ਸਕਦੇ ਹੋ, ਠੀਕ ਹੈ, ਨਹੀਂ ਉਹ 500-1,000 ਰੁਪਇਆ ਐਕਸਟਰਾ ਲੈਂਦੇ ਹੁੰਦੇ ਆ ਉਹਦਾ, ਉਹ ਆਪੇ ਭਰ ਕੇ ਦੇ ਦਿੰਦੇ ਆ, ਉਹ PDF ਵਿੱਚ ਲੱਗਦੀ ਆ, ਇੱਕ ਸਰਟੀਫਿਕੇਟ ਲੱਗਦਾ, ਅਤੇ ਉਹਦਾ ਮੁੜ ਕੇ ਤੁਹਾਨੂੰ ਜਦੋਂ ਤੁਸੀਂ ਔਨਲਾਈਨ ਭਰੋਗੇ ਉਹ ਫਾਰਮ, ਠੀਕ ਹੈ, ਤੁਹਾਨੂੰ 4-5 ਅੰਕਾਂ ਦਾ ਨਾ ਨੰਬਰ ਮਿਲ ਜੂਗਾ, ਯੂਨੀਕ ਕੋਡ ਕਹਿ ਦਿੰਦੇ ਆ ਇਹਨੂੰ, ਇਹ ਸਰਕਾਰ ਵੱਲੋਂ ਦੇਣਾ ਤੁਹਾਨੂੰ, ਇਹ ਤੁਹਾਡਾ NLM ਦੇ ਵਿੱਚ ਖਾਤਾ ਖੁੱਲ੍ਹ ਜਾਣਾ ਬਈ, ਹਾਂ ਬੰਦੇ ਨੇ ਇਹਨੇ ਅਪਲਾਈ ਕਰਤਾ, ਠੀਕ ਹੈ, ਤੁਹਾਡਾ ਉੱਥੇ ਨੰਬਰ ਲੱਗ ਜਾਣਾ, ਤੁਸੀਂ ਬਹੁਤ ਲੋਕਾਂ ਨੂੰ ਪਤਾ ਹੈ ਇਸ ਸਕੀਮ ਦਾ, ਠੀਕ ਹੈ, ਤਾਂ ਕਿ ਅਗਲਾ ਕਹਿੰਦਾ ਆਪਾਂ ਜਲਦੀ ਜਲਦੀ ਪਹਿਲਾਂ ਮੂਹਰੇ ਲੱਗ ਜਾਈਏ ਲਾਈਨ 'ਚ, ਠੀਕ ਹੈ। ਇਹਦਾ ਜਿਹੜਾ ਦਫ਼ਤਰ ਹੈਗਾ ਦਿੱਲੀ ਹੈ ਇਹਦਾ NLM ਦਾ, ਜਦੋਂ ਆਹ ਆਪਾਂ ਨੂੰ ਮਿਲ ਗਿਆ ਦਿੱਲੀਓਂ ਮਿਲਣਾ ਆਪਾਂ ਨੂੰ, ਫਿਰ ਆਪਣਾ ਹੋ ਜਾਣਾ ਕੰਮ ਸਟਾਰਟ ਲੋਨ ਦਾ, ਠੀਕ ਹੈ। ਜਦੋਂ ਆਹ ਮਿਲ ਗਿਆ ਆਪਾਂ ਨੂੰ, ਇਹਨਾਂ ਨੇ ਕੀ ਕਰਨਾ, ਦਿੱਲੀ ਵਾਲਿਆਂ ਨੇ ਚੱਕ ਕੇ ਸਾਰਾ ਮਟੀਰੀਅਲ ਭੇਜ ਦੇਣਾ ਆਪਣੇ, ਜਿਹੜਾ ਕੈਪੀਟਲ ਹੁੰਦੀ ਹੈ, ਜਿਹੜੀ ਰਾਜਧਾਨੀ ਹੁੰਦੀ ਹੈ ਸਟੇਟ ਦੀ ਆਪਣੀ, ਹੁਣ ਚੰਡੀਗੜ੍ਹ ਹੈ, ਚੰਡੀਗੜ੍ਹ ਦਫ਼ਤਰ ਹੈ ਇਹਨਾਂ ਦਾ, ਉੱਥੇ ਭੇਜ ਦੇਣਾ ਮੇਲ ਰਾਹੀਂ,
ਜਾਂ ਕਿਵੇਂ ਵੀ ਉਹਨਾਂ ਨੇ ਹਾਰਡ ਕਾਪੀਆਂ ਕਿਵੇਂ ਵੀ ਭੇਜਦੇ ਆ ਉਹ ਆਪਦੇ ਦਫ਼ਤਰ 'ਚ ਭੇਜ ਦਿੰਦੇ ਆ, ਸਟੇਟ ਦਾ ਅੱਡ ਹੁੰਦਾ ਉਹ ਉਦੋਂ ਥੱਲੇ ਆਉਂਦਾ, ਜਿਹੜਾ ਮੇਨ ਹੈਗਾ ਉਹ ਦਿੱਲੀ ਹੈਗਾ ਭਾਰਤ ਸਰਕਾਰ ਦਾ ਇਹ NLM ਦਾ, ਠੀਕ ਹੈ। ਜਦੋਂ ਚੰਡੀਗੜ੍ਹ ਆ ਗਿਆ ਤੁਹਾਡਾ ਸਾਰਾ ਇਹ, ਠੀਕ ਹੈ, ਕੀ ਕਰਨਾ ਮੇਲ ਭੇਜਣੀ ਹੈ ਆਪਣੇ ਪਸ਼ੂ ਪਾਲਣ ਵਿਭਾਗ ਜ਼ਿਲ੍ਹੇ ਦੇ ਵਿੱਚ ਡਾਇਰੈਕਟਰ ਨੂੰ, ਡਾਇਰੈਕਟਰ ਦਾ ਤੁਹਾਨੂੰ ਫੋਨ ਵੀ ਆਊਗਾ ਬਾਈ ਜੀ ਤੁਸੀਂ ਘਰੇ ਹੋ, ਐਂ ਕਰਕੇ ਤੁਹਾਡੇ ਚੈੱਕ ਕਰਨ ਆਉਣਾ, ਤੁਸੀਂ ਅਪਲਾਈ ਕੀਤਾ, ਤੁਸੀਂ ਆਖਣਾ ਹਾਂਜੀ ਅਪਲਾਈ ਕੀਤਾ ਜੀ। ਉਹ ਚਾਹ ਟ੍ਰੇਨਿੰਗ ਦਾ ਕੀ ਫਾਇਦਾ, ਤੁਹਾਨੂੰ ਸਵਾਲ ਵੀ ਡਾਕਟਰ ਆ ਕੇ ਕਰ ਸਕਦਾ ਵੀ ਬੱਕਰੀ ਕਿੰਨੇ ਮੇਹਣੇ ਦਿੰਦੀ ਹੈ, ਕੀ ਹੁੰਦਾ ਇਹ, ਕਿਹੜੀ ਨਸਲ ਹੁੰਦੀ ਹੈ, ਕਿਵੇਂ ਇਹਦਾ ਰੱਖ ਰਖਾਅ ਹੁੰਦਾ, ਠੀਕ ਹੈ ਬਾਈ। ਹਾਂ ਇਹ ਬੰਦੇ ਨੂੰ ਪਤਾ ਹੈਗਾ, ਉਹਨੇ ਡਾਇਰੈਕਟਰ ਨੇ ਜਿਹੜਾ ਇੰਸਪੈਕਟਰ ਹੁੰਦਾ ਜਿਹੜੇ ਨੇ ਜ਼ਿਆਦਾਤਰ ਉਹੀ ਆ ਜਾਂਦਾ ਜਿਹੜੇ ਨੇ ਆਪਣੇ ਟੈਸਟਡ ਕਰੇ ਹੁੰਦੇ ਆ, ਠੀਕ ਹੈ, ਉਹੀ ਕਿਉਂਕਿ ਪਿੰਡਾਂ ਦਾ ਹੁੰਦਾ ਉਹਦੀ ਡਿਊਟੀ ਲਾ ਦਿੰਦਾ। ਉਹਨੇ ਆਉਣਾ, ਉਹਨੇ ਵੇਖਣਾ ਬੰਦੇ ਦਾ ਘਰ ਬਾਰ ਹੈਗਾ, ਵਾਕਈ ਬੰਦਾ ਹੈਗਾ ਇੱਥੋਂ ਦਾ ਵਸਨੀਕ ਆ, ਸਾਰਾ ਉਹ ਪੁੱਛ ਗਿੱਛ ਕਰਦਾ, ਅਤੇ ਇੱਕ ਉਹ ਪ੍ਰੋਜੈਕਟ ਫਾਈਲ ਦੀ ਉੱਥੋਂ ਹਾਰਡ ਕਾਪੀ ਮੰਗੂਗਾ, ਜਮ੍ਹਾਂਬੰਦੀ ਦੀ ਹਾਰਡ ਕਾਪੀ ਮੰਗੂਗਾ, ਟੈਸਟਡ ਕਰਵਾਊਗਾ, ਠੀਕ ਆ। ਉਹ ਜਦੋਂ ਟੈਸਟਡ ਕਰਵਾ ਲਏ ਫਿਰ ਉਹ ਆਊਗਾ ਉੱਥੇ ਜਗ੍ਹਾ 'ਤੇ ਜਿੱਥੇ ਤੁਸੀਂ ਫੋਟੋ ਲਾਈ ਹੈ, ਉਹ ਜਗ੍ਹਾ ਆਪਦੀ ਤੁਹਾਨੂੰ ਵਿੱਚ ਠੱਲ ਕੇ ਫੋਟੋ ਲੈ ਕੇ ਜਾਊਗਾ ਤੁਹਾਡੀ। ਉਹਨੂੰ ਚਾਹ ਪਾਣੀ ਚੰਗਿਆ ਪਿਆਉਣਾ ਉਹਨੂੰ, ਠੀਕ ਹੈ, ਇਹ ਨਾ ਹੋਵੇ ਉਹਨੂੰ ਵੱਡ ਵੱਡ ਪਈ ਆ, ਉਹਨੇ ਰਿਪੋਰਟ ਦੇ ਦੇਣੀ ਜੀ ਇਹ ਤਾਂ ਐਂ ਜੇ ਲੱਗਦਾ ਜੀ ਬੰਦਾ ਨਹੀਂ ਕਰ ਸਕਦਾ ਬੱਕਰੀ ਪਾਲਣ, ਉਹਨੇ ਇੰਨਾ ਕੁ ਲੈ ਦਿੱਤਾ ਤੁਹਾਡਾ ਕੰਮ ਹੋ ਗਿਆ, ਠੀਕ ਹੈ। ਬਾਕੀ ਉਹ ਮੁੰਡੇ ਨਵੇਂ ਹੈਗੇ ਵਧੀਆ ਸਹੀ ਬਣਾ ਕੇ ਭੇਜ ਦਿੰਦੇ ਆ ਰਿਪੋਰਟ ਆਪਦੇ ਜ਼ਿਲ੍ਹੇ ਵਾਲੇ ਨੂੰ, ਠੀਕ ਹੈ। ਇੱਥੋਂ ਮੇਲ ਜਾਂਦੀ ਹੈ ਰਿਪੋਰਟ, ਬਈ ਵਾਕਈ ਬੰਦਾ ਹੈਗਾ, ਜ਼ਮੀਨ ਵੀ ਹੈਗੀ, ਸਾਰਾ ਕੁਝ ਹੈਗਾ, ਅਤੇ ਆਹ ਸਾਡੇ ਅਸੀਂ ਡਾਕੂਮੈਂਟ ਉਹ ਇੱਕ ਦੋ ਉਹਦੇ ਕੋਲ ਫਾਰਮ ਹੁੰਦੇ ਆ ਆਪਦੇ ਵੈਰੀਫਿਕੇਸ਼ਨ ਵਾਲੇ, ਉਹ ਕਰਾ ਕੇ ਉਹਨੇ ਚੰਡੀਗੜ੍ਹ ਭੇਜ ਦੇਣਾ। ਜਿਹੜਾ ਹੁਣ ਕੰਮ ਖੜਾ ਆਪਣੇ ਉਹ ਚੰਡੀਗੜ੍ਹ ਹੀ ਖੜਾ ਪੰਜਾਬ ਵਾਲਿਆਂ ਦਾ, ਮੇਰੀ ਫਾਈਲ ਵੀ ਚੰਡੀਗੜ੍ਹ ਹੀ ਪਈ ਆ ਉੱਥੇ, ਠੀਕ ਹੈ। ਉੱਥੋਂ ਹੁਣ ਇੱਕ ਸਟੈਪ ਹੀ ਆ, ਚੰਡੀਗੜ੍ਹੋਂ ਉਹਨਾਂ ਨੇ ਦਿੱਲੀ ਵਾਲਿਆਂ ਨੂੰ ਭੇਜਣੀ ਹੈ, ਆਪਣੇ ਜਿਹੜਾ ਚੰਡੀਗੜ੍ਹੋਂ ਫਾਈਲਾਂ ਪਤਾ ਨਹੀਂ ਪਾਸ ਹੋ ਰਹੀਆਂ ਕਿ ਨਹੀਂ ਹੋ ਰਹੀਆਂ, ਉਹਦਾ ਨਹੀਂ ਮੈਨੂੰ ਪਤਾ, ਪਰ ਉੱਥੇ ਥੋੜ੍ਹੀ ਜਿਹੀ ਦਿੱਕਤ ਆਈ ਜਾਂਦੀ ਹੈ ਆਪਣੇ ਜਿੰਨੇ ਪੰਜਾਬ 'ਚ ਲੋਨ ਅਪਲਾਈ ਕਰੀ ਜਾਂਦੇ ਆ, ਇੱਕ ਇਹਦੇ 4-5 ਮਹੀਨੇ ਲੱਗ ਜਾਂਦੇ ਆ ਬਾਈ, 4-5 ਮਹੀਨੇ ਲੱਗਦੇ ਆ ਇਹ ਲੋਨ ਦੇ ਵਿੱਚ, ਠੀਕ ਹੈ, ਇਹ ਕੋਈ ਇੱਕ ਅੱਧੇ ਮਹੀਨੇ ਦੀ ਖੇਡ ਨਹੀਂ। ਉਹ ਚੰਡੀਗੜ੍ਹ ਜਦੋਂ ਜਾਵੜੀ ਆਪਣੀ ਫਾਈਲ ਰਿਪੋਰਟ ਜਾਵੜੀ, ਉਹਨਾਂ ਨੇ ਕੀ ਕਰਨਾ ਦਿੱਲੀ ਵਾਲਿਆਂ ਨੂੰ ਭੇਜ ਦੇਣਾ ਸਾਰਾ ਉਹ ਕਰਕੇ, ਓਕੇ ਬਈ ਹਾਂ ਬੰਦਾ ਠੀਕ ਹੈ, ਇਹ ਸਾਰਾ ਕੁਛ ਇਹਨੂੰ ਕਰ ਦਿਓ, ਠੀਕ ਹੈ। ਉਹ NLM ਦਫ਼ਤਰ 'ਚੋਂ ਕੀ ਹੋਣਾ, ਇੱਕ ਕਾਪੀ ਇੱਕ ਈਮੇਲ ਜਾਣੀ ਆ, ਸਬਸਿਡੀ ਦਾ ਹੁੰਦਾ ਇਹਨਾਂ ਦਾ, ਅੱਡ ਬ੍ਰਾਂਚ ਹੁੰਦੀ ਹੈ ਸਾਰੇ ਭਾਰਤ ਦੀ, ਜਿਹੜੀ ਸਬਸਿਡੀ ਦਿੰਦੀ ਆ ਕਿਸਾਨਾਂ ਨੂੰ, ਹੋਰ ਸ਼ੈਲਰਾਂ ਸ਼ੂਲਰਾਂ ਨੂੰ, ਬੜੇ ਸਾਰੇ ਕਾਸੇ ਨੂੰ, ਉਹ ਵਿਭਾਗ 'ਚ ਜਾਂਦਾ ਇਹ ਕੰਮ। ਇੱਕ ਚਿੱਠੀ ਜਾਂਦੀ ਹੈ ਬੈਂਕ ਨੂੰ ਉਹਨਾਂ ਦੀ, ਬਈ ਆਹ ਕਰਕੇ ਐਂ ਕਰਕੇ ਤੁਹਾਡੀ ਬੈਂਕ 'ਚੋਂ ਲੋਨ ਹੋਣਾ, ਬਈ ਤੁਸੀਂ ਜੈਸ ਕਰਦੇ ਹੋ, ਉਹ 'ਚ ਤੁਹਾਡਾ ਬੈਂਕ 'ਚ ਸਹੀ ਹੋਵੇ ਸਾਰਾ ਕੁਛ, ਸਕੋਰ ਸਹੀ ਹੋਵੇ, ਸਿਬਲ ਸਹੀ ਹੋਵੇ ਸਾਰਾ, ਕੋਈ ਤੁਸੀਂ ਉਹ ਨਾ ਕੀਤਾ ਹੋਵੇ, ਕਿਸੇ ਦੀ ਤੁਸੀਂ ਗਵਾਹੀ ਦੇ ਕੇ ਉਹ ਗਵਾਹੀ ਵਾਲਾ ਬੰਦਾ ਨਾ ਮੁੱਕਰਿਆ ਹੋਵੇ, ਠੀਕ ਹੈ। ਬੈਂਕ ਵਾਲਿਆਂ ਨੂੰ ਕਰਨਾ ਹੀ ਪੈਣੀ ਹੈ ਜੈਸ, ਠੀਕ ਹੈ, ਉੱਧਰੋਂ ਬੈਂਕ ਵੰਡੋਂ ਜੈਸ ਹੋ ਗਈ, ਉੱਧਰੋਂ ਸਬਸਿਡੀ ਵੰਡੋਂ, ਉਦੋਂ ਬਾਅਦ ਤੁਹਾਡਾ ਕੰਮ ਚੱਲ ਪੈਣਾ, ਤੁਹਾਨੂੰ ਪਹਿਲੀ ਕਿਸ਼ਤ ਉਹਨਾਂ ਨੇ ਜਾਰੀ ਕਰ ਦੇਣੀ ਹੈ, ਠੀਕ ਹੈ, ਸਾਰਾ ਉਹ ਚੱਲ ਪੈਣਾ ਕੰਮ, ਉਹ ਤੁਹਾਨੂੰ ਮੈਂ ਦੱਸਿਆ ਹੀ ਆ, ਸ਼ੈੱਡ ਪਾਉਣਾ ਉਹ ਪਾਉਣਾ, ਠੀਕ ਹੈ। ਹੁਣ ਇੱਕ ਤੁਸੀਂ ਹੋਰ ਕੰਮ ਕਰਨਾ, ਆਹ ਫਾਰਮ ਭਰਨ ਤੋਂ ਪਹਿਲਾਂ ਜਦੋਂ ਤੁਹਾਡੇ ਹੱਥ 'ਚ ਪ੍ਰੋਜੈਕਟ ਫਾਈਲ ਆਉਂਦੀ ਹੈ ਟੈਸਟਡ ਕਰਾਉਣੇ ਆ ਤੁਸੀਂ, ਉਹਦੀ ਇੱਕ ਕਾਪੀ ਹੋਰ ਕਢਾ ਕੇ ਰੱਖ ਲੈਣੀ ਅੱਡ, ਉਹ ਤੁਸੀਂ ਆਪਦੇ ਬੈਂਕ 'ਚ ਵੈਲਟ ਕਰਨਾ ਜਾ ਕੇ, ਅਤੇ ਬੈਂਕ 'ਚ ਉਦੋਂ ਜਾਣਾ ਮੈਨੇਜਰ ਦੇ ਮੱਥੇ ਲੱਗਣਾ ਜਦੋਂ ਉਹ ਵਿਹਲਾ ਜਿਹਾ ਹੋਵੇ, ਫਰੀ ਹੋਵੇ, ਖੁਸ਼ ਮਿਜਾਜ ਹੋਵੇ, ਇਹ ਨਾ ਹੋਵੇ ਉਹ ਉੱਥੇ ਭੀੜ 'ਚ ਲੜੀ ਮਿੜੀ ਜਾਂਦਾ, ਉੱਥੇ ਰੌਲਾ ਪਿਆ ਪਿਆ, ਵਿੱਚ ਜਾ ਕੇ ਤੁਸੀਂ ਫਾਈਲ ਚੱਕ ਕੇ ਜਾਂ ਮੈਨੂੰ 1 ਕਰੋੜ ਰੁਪਇਆ ਦੇ ਦਿਓ ਬੱਕਰੀਆਂ 'ਤੇ, ਉਹ ਜਾ ਭਾਜਾ, ਪਹਿਲੇ ਵਾਲੇ ਬੱਕਰੀਆਂ ਵਾਲੇ ਨੂੰ ਉਹ ਹੀ ਨਹੀਂ ਖੜਨ ਦਿੰਦੇ ਬੈਂਕ 'ਚ, ਕਹਿੰਦੇ ਨਹੀਂ ਨਹੀਂ ਇਹ ਤਾਂ ਲੋਨ ਹੀ ਹੈ ਨਹੀਂ, ਕਿਉਂਕਿ ਅੱਧੇ ਬੈਂਕ ਵਾਲਿਆਂ ਨੂੰ ਨਹੀਂ ਪਤਾ। ਪਰ ਜਦੋਂ ਤੁਸੀਂ ਉਹਨੂੰ ਸਮਝਾਓਗੇ, ਉਹਨੂੰ ਫਾਈਲ ਦੇ ਆਉਣੀ ਹੈ ਸਾਰਾ, ਤੁਸੀਂ ਫ੍ਰੀ ਟਾਈਮ 'ਚ ਪੜ੍ਹ ਲਓ ਜੇ ਜਾਂ ਹੁਣ ਪੜ੍ਹ ਲਓ, ਕਿਵੇਂ ਵੀ ਦੇਖ ਲਓ, ਉਹ ਫਾਈਲ ਤੁਸੀਂ ਉਹਨੂੰ ਦੇ ਦੇਣੀ ਹੈ, ਉਹ 'ਚ ਸਾਰਾ ਪੜੂਗਾ ਉੱਤੋਂ ਲੈ ਕੇ।
ਪਹਿਲਾਂ ਹੀ ਸਕੀਮ ਬਾਰੇ ਲਿਖਿਆ ਹੋਊਗਾ, ਬੱਕਰੀ ਪਾਲਣ ਬਾਰੇ ਵਿੱਚ ਸਾਰਾ ਪਰਸੈਂਟ ਕੱਢੇ ਹੋਣਗੇ, ਲੋਨ ਬਾਰੇ, ਵਿਆਜ ਬਾਰੇ, ਏ ਟੂ ਜੈਡ ਉਹਨੂੰ ਪਤਾ ਲੱਗ ਜੂ ਬੰਦਾ ਇਹ ਪੱਕੇ ਪੈਰੀ ਆਇਆ। ਠੀਕ ਹੈ, ਉਹ ਸਾਰਾ ਉਹ ਆਖੂ ਹਾਂ ਬਾਈ ਠੀਕ ਹੈ ਕੋਈ ਗੱਲ ਨਹੀਂ, ਉਹਦੀ ਆਪਾਂ ਇੱਕੋ ਹੀ ਹਾਂ ਖਵਾਉਣੀ ਹੁੰਦੀ ਹੈ। ਠੀਕ ਹੈ, ਉਹ ਤੁਹਾਨੂੰ ਨਾ ਵੀ ਕਹਿ ਸਕਦਾ ਉੱਥੇ ਹਾਂ ਵੀ ਉਹਦਾ ਕੋਈ ਐਡਾ ਰੋਲ ਹੈ ਨਹੀਂ ਗਾ। ਜਦੋਂ ਪਰ ਜਦੋਂ ਸੈਂਟਰ ਵੰਡੋਂ ਇਹਨਾਂ ਨੂੰ ਆ ਗਈ ਚਿੱਠੀ ਬਈ ਇਹਦਾ ਬੰਦੇ ਦਾ ਲੋਨ ਦਿਓ ਤੁਸੀਂ, ਉਹ 'ਚ ਤੁਸੀਂ ਆਪ ਤੁਹਾਡਾ ਸਿਬਲ ਜਾਂ ਤੁਹਾਡਾ ਸਕੋਰ ਖਰਾਬ ਨਾ ਹੋਵੇ, ਬੈਂਕ ਵਾਲੇ ਮਨਾ ਨਹੀਂ ਕਰ ਸਕਦੇ ਬਈ ਅਸੀਂ ਨਹੀਂ ਦਿੰਦੇ, ਬੈਂਕ ਨੂੰ ਦੇਣਾ ਹੀ ਪਊਗਾ। ਹੁਣ ਕੀ ਕਰਦੇ ਆ ਭਰਾ, ਜਿੱਦਣ ਆ ਇਹਦਾ ਸਰਟੀਫਿਕੇਟ, ਸਰਟੀਫਿਕੇਟ ਲੈ ਕੇ ਬੈਂਕ 'ਚ ਜਾ ਦਿੰਦੇ ਆ ਜੀ ਸਾਨੂੰ ਆ ਬੱਕਰੀਆਂ ਦਾ ਲੋਨ ਦਿਓ ਜੀ, ਤੁਸੀਂ ਦੱਸੋ ਜੇ ਤੁਹਾਡੇ ਕੋਲ ਮੈਂ ਆ ਜਾਂ ਪੈਸੇ ਲੈਣ ਘਰ, ਕੋਈ ਕਾਰਨ ਦੱਸੂਗਾ ਪਹਿਲਾਂ, ਪੱਕੇ ਪੈਰੀ ਆਊਂਗਾ, ਗੱਪ ਸੜਾ ਪਸਾਓ ਮਾਰੂੰਗਾ, ਫਿਰ ਹੀ ਤੁਸੀਂ ਜੇ ਉੱਥੋਂ ਵਿਆਜ 'ਤੇ ਲੈਣੇ ਤੁਸੀਂ ਸਾਰਾ ਆਖਾਂਗੇ ਬਈ ਆਹ ਸਟਾਮ ਭਰ ਕੇ ਦੇ ਜਾਂ ਸਿਆਉਣਾ ਰੱਖ ਜਾਂ ਕੁਛ ਰੱਖ, ਸਾਰਾ ਕੁਛ ਕਰਦੇ ਹਾਂ, ਆਪਾਂ ਨੂੰ ਇਕੱਲੇ ਕਾਗਜ਼ ਦੇ ਟੋਟੇ 'ਤੇ ਅਗਲਾ ਕਿਵੇਂ 10-20 ਲੱਖ ਰੁਪਈਆ ਦੇ ਦੂਗਾ। ਇੱਕ ਲੋਨ ਵੱਡਾ, ਇੱਕ ਸਬਸਿਡੀ ਬਹੁਤ ਹੈ ਇਹ 'ਚ, ਇੱਕ ਬੈਂਕ ਕੋਲ ਏਡੀ ਕੋਈ ਗਰੰਟੀ ਹੈ ਨਹੀਂ ਗੀ, ਬਾਕੀ ਤੁਸੀਂ ਉਹਨੂੰ ਐਂ ਵੀ ਕਹਿ ਸਕਦੇ ਮੈਨੇਜਰ ਨੂੰ ਬਈ ਅਸੀਂ ਗਰੰਟੀ ਦਿੰਦੇ ਹਾਂ, ਸਾਡੀ ਆ ਜਮ੍ਹਾਂਬੰਦੀ ਸਾਰਾ ਕੁਛ ਹੈਗਾ, ਅਸੀਂ ਇਹਦਾ ਵੀ ਲਿਖਾ ਦਿੰਦੇ। ਠੀਕ ਹੈ, ਤੁਸੀਂ ਆਪਦਾ ਐਕਸਟਰਾ ਵੀ ਜ਼ੋਰ ਲਾਉਣਾ ਇਹ ਕਰਾਉਣ 'ਤੇ, ਇਹਨੂੰ ਕੋਈ ਸਿਫਾਰਸ਼ ਫੁਰਸ਼ ਨਹੀਂ ਪਵਾ ਸਕਦਾ, ਕੋਈ ਟ੍ਰੇਨਿੰਗ ਵਾਲਾ ਜਾਂ ਕੋਈ ਹੋਰ ਬੰਦਾ ਐਵੇਂ ਕੋਈ ਛੋਟੇ ਮੋਟੇ ਲੀਡਰ ਦੇ ਪੈਰ ਨਾ ਫੜੀ ਜਾਓ ਜੀ, ਸਾਡਾ ਸਬਸਿਡੀ ਕਰਾ ਦਿਓ, ਆਹ ਲੋਨ ਕਰਾ ਦਿਓ। ਠੀਕ ਹੈ, ਇਹ ਹੋ ਜਾਣਾ ਤੁਹਾਡਾ ਵੈਸੇ ਹੀ ਹੋ ਜਾਣਾ, ਇਹ ਅਦਰ ਸਟੇਟਾਂ ਦੇ ਵਿੱਚ ਬਹੁਤ ਫਾਸਟ ਹੋ ਰਿਹਾ, ਮਹਾਰਾਸ਼ਟਰ ਦੇ ਵਿੱਚ ਬਹੁਤ ਫਾਸਟ ਹੋ ਰਿਹਾ, ਆਪਣੇ ਹਜੇ ਤਾਂ ਹੀ 1-2 ਲੋਨ ਹੋਏ ਆ ਇਹਦੇ, ਉਹ ਵੀ ਹਜੇ ਬੰਦੇ ਮੰਨ ਨਹੀਂ ਰਹੇ। ਠੀਕ ਹੈ, ਆਪਣਾ ਜਿੱਦਣ ਹੋ ਗਿਆ ਆਪਾਂ ਤੁਹਾਨੂੰ ਉੱਦਣ ਹੀ ਦੱਸ ਦਿਆਂ ਬਈ ਹੋ ਗਿਆ। ਇਹ ਸਕੀਮ ਬਹੁਤ ਵਧੀਆ, ਠੀਕ ਹੈ, ਹੁਣ ਇਹਨੂੰ ਤੁਸੀਂ ਕੀ ਕਰਨਾ ਇੱਥੋਂ ਜਾ ਕੇ, ਠੀਕ ਹੈ, ਇਹਨੂੰ ਅਪਲਾਈ ਸਾਰਿਆਂ ਨੇ ਕਰ ਦੇਣਾ, ਇਦੂ ਬਾਅਦ ਤੁਹਾਡਾ 5-6 ਹਜ਼ਾਰ ਰੁਪਇਆ ਖਰਚਾ ਆਊਗਾ। ਠੀਕ ਹੈ, ਜਿਹੜੀ ਆ ਟ੍ਰੇਨਿੰਗ ਹੈ ਇਹ ਤਾਂ ਤੁਹਾਡੇ, ਤੁਸੀਂ ਆਪਦਾ 5-10 ਬੱਕਰੇ ਤੁਹਾਨੂੰ ਕੰਮ ਦੇਣਾ ਹੀ ਦੇਣਾ ਟ੍ਰੇਨਿੰਗ ਨੇ। ਠੀਕ ਹੈ, ਪਰ ਜੇ ਲੋਨ ਨਹੀਂ ਮਿਲਦਾ ਇਹ ਵੀ ਨਾ ਸੋਚੋ ਜੇ ਬਾਈ ਅਸੀਂ ਕੰਮ ਹੀ ਨਹੀਂ ਸ਼ੁਰੂ ਕਰਨਾ, ਮੈਨੂੰ 8 ਸਾਲ ਹੋ ਗਏ ਬਾਈ, ਨਾ ਤਾਂ ਮੈਂ ਤਨਖਾਹ ਲਿਆ ਪੈਸਿਆਂ 'ਚੋਂ, ਇੱਧਰ ਬੱਕਰੀਆਂ 'ਤੇ ਰੁਪਈਆ ਲਾਇਆ, ਅਤੇ ਸਮਾਂ ਦੀ ਮੈਂ ਬੱਕਰੀਆਂ ਵਾਲੇ ਪੈਸਿਆਂ ਤੋਂ ਗੱਡੀ 'ਤੇ ਹਜੇ ਤਾਈਂ ਡਿਊਟੀ ਕੀਤੀ ਹੈ, ਮਰੇਲਕੋਟਲੇ ਲੱਗ ਜੇ, ਚੰਡੀਗੜ੍ਹ ਲੱਗ ਜੇ, ਮੈਂ ਗੱਡੀ ਤੋਂ ਬਿਨਾਂ ਡੇਲੀ ਅਪ ਡਾਊਨ ਕਰਨਾ, 10-15 ਹਜ਼ਾਰ ਦਾ ਤੇਲ ਮਚਾਉਣਾ, ਬੱਕਰੀਆਂ 'ਚ ਹੀ ਮਚਾਉਣਾ, ਮੈਂ ਬਹੁਤ ਇਨਕਮ ਹੈ ਇਹ 'ਚ। ਤੁਸੀਂ ਆਪਦੇ ਤੌਰ 'ਤੇ ਆਪਦੇ ਲੈਵਲ 'ਤੇ 5 ਜਾਂ 10 ਬੱਕਰੀਆਂ ਤੋਂ ਕੰਮ ਸ਼ੁਰੂ ਕਰਨਾ ਹੀ ਕਰਨਾ, ਲੋਨ ਵੀ ਅਪਲਾਈ ਕਰ ਦੇਣਾ, ਕੋਈ ਡਰ ਨਹੀਂ ਗਿਆ ਇਹ 'ਚ। ਜੇ ਆਪਾਂ ਨੂੰ 50% ਸਬਸਿਡੀ ਮਿਲਦੀ ਹੈ, ਸਬਸਿਡੀ ਹੁਣ ਕਈ ਭਰਾ ਸੋਚੀ ਬੈਠੇ ਹੋਣਗੇ ਅਸੀਂ ਵਿਆਹ ਸ਼ਾਦੀ 'ਤੇ ਲਾ ਦਿਆਂਗੇ, ਕਾਰ ਲਿਆਵਾਂਗੇ, ਉਹ ਲਿਆਵਾਂਗੇ, ਇਹ ਬਾਈ ਤੁਹਾਨੂੰ 1 ਰੁਪਈਆ ਨਹੀਂ ਸਰਕਾਰ ਇੱਧਰ ਉੱਧਰ ਕਰਨ ਦਿੰਦੀ। ਜੇ ਤੁਸੀਂ 100 ਬੱਕਰੀ ਲਿਆਂਦੀ, 50 ਵੇਚ ਕੇ ਵਿੱਚੋਂ ਕਹਿ ਦਿਆਂਗੇ ਪੈਸੇ ਉੱਧਰ ਲਾ ਦਿਆਂਗੇ, ਮੁੜ ਕੇ ਬਾਈ ਤੁਹਾਨੂੰ ਕਿਸ਼ਤਾਂ ਨਹੀਂ ਭਰੀਆਂ ਜਾਣੀਆਂ, ਤੁਹਾਡੇ ਆਪਦੀ ਉਹ ਜ਼ਮੀਨ ਵੇਚ ਕੇ ਵੀ ਖਹਿੜਾ ਨਹੀਂ ਛੁੱਟਣਾ ਤੁਹਾਡਾ। ਉਹ ਬੰਦਿਆਂ ਨੇ ਸਕੀਮ ਹੀ ਐਡੀ ਤਕੜੀ ਬਣਾਈ ਹੈ, ਜਿਹੜੀ ਸਬਸਿਡੀ ਦੇਣੀ ਹੈ ਤੁਹਾਨੂੰ 50 ਲੱਖ ਜਾਂ 10 ਲੱਖ ਰੁਪਈਆ ਤੁਹਾਡੇ ਉਹਨਾਂ ਨੇ ਹੱਥ 'ਚ ਨਹੀਂ ਫੜਾ ਦੇਣਾ, ਉਹ ਜਿਹੜਾ ਉਹਨਾਂ ਨੇ ਸ਼ੈੱਡ 'ਚ ਲਵਾਉਣਾ, ਤੁਹਾਡਾ ਸ਼ੈੱਡ ਸਾਰਾ ਕੁਛ। ਹੁਣ ਮੈਂ ਇਹਦੇ ਪੈਸੇ 6-7 ਲੱਖ ਰੁਪਈਆ ਲਾਈ ਬੈਠਾ, ਇਹੀ ਮੇਰਾ ਸਬਸਿਡੀ 'ਤੇ ਫ੍ਰੀ ਹੁੰਦਾ ਅਤੇ ਮੇਰਾ ਕਿੰਨਾ ਫਾਇਦਾ ਸੀਗਾ, ਮੈਂ ਹੁਣ ਜਾਨਵਰ ਲੈਂਦਾ ਦੂਜੇ ਪੈਸਿਆਂ ਦੇ। ਠੀਕ ਹੈ, ਐਡਾ ਵੱਡਾ ਉਹ ਸ਼ੈੱਡ ਬਹੁਤ ਵੱਡਾ ਬਣਨਾ ਇਹਦੇ ਨਾਲੋਂ, ਪੂਰਾ ਪ੍ਰੋਪਰ ਸਟੋਰ ਵਗੈਰਾ ਹੋਰ, ਅਤੇ ਆਪਾਂ ਨੂੰ ਐਡਾ ਵਧੀਆ ਸਰਕਾਰ ਸਾਰਾ ਕੁਝ ਫ੍ਰੀ ਬਣਾ ਕੇ ਦਿੰਦੀ ਹੈ, ਅਤੇ ਆਪਾਂ ਇਕੱਲੀਆਂ ਬੱਕਰੀਆਂ ਵੀ ਨਹੀਂ ਸਾਂਭ ਸਕਦੇ। 100 ਬੱਕਰੀ ਦਾ ਕਿਸ਼ਤ ਕੁਸ਼ਤ ਤਾਂ ਮੂਹਰੇ ਉੱਡੀ ਜਾਊ, ਵਿਆਜ ਵੂਜ ਤੁਸੀਂ ਭੁੱਲ ਜਾਓਗੇ, 100 ਬੱਕਰੀ ਸਾਂਭਣੀ ਬਹੁਤ ਔਖੀ ਹੈ, ਪਰ ਜੇ ਤੁਸੀਂ ਸਾਂਭ ਲਈ ਪੈਸਾ ਬਹੁਤ ਆ ਉਹ 'ਚ। 100 ਬੱਕਰੀ ਦਾ ਮਤਲਬ 10 ਕਿੱਲੇ ਬੈਲ ਲੈ ਲਏ ਤੁਸੀਂ, 10 ਕਿੱਲਿਆਂ ਦੀ ਆਮਦਨ ਆਊਗੀ, ਭਲੇ ਠੇਕੇ ਦੀ ਲਾ ਲਓ, ਭਲਾਂ ਦੀ ਫਸਲ ਦੀ ਲਾ ਲਓ, ਉਨੀ ਉਹ 'ਚੋਂ ਹੋਊਗੀ ਤੁਹਾਨੂੰ। ਅਤੇ ਸਾਰਿਆਂ ਨਾਲੋਂ ਵਧੀਆ ਇਹ 'ਚ ਇੱਕ ਚੀਜ਼ ਹੈਗੀ ਆ, ਬੀਮਾ ਹੁੰਦਾ ਇਹ 'ਚ। ਬੀਮਾ ਕੀ ਕਰਦੀਆਂ ਪ੍ਰਾਈਵੇਟ ਕੰਪਨੀਆਂ, ਹੁਣ ਜਿਵੇਂ 10-20 ਬੱਕਰੀਆਂ ਆਪਣੇ ਕੋਲ, ਉਹ ਨਹੀਂ ਕਰਦੇ ਬੱਕਰੀਆਂ ਦਾ, ਪਰ ਇਹਦੇ ਵਿੱਚ ਉਹਨਾਂ ਨੂੰ ਕਰਨਾ ਪੈਂਦਾ, ਸਰਕਾਰ ਉਹਨਾਂ ਨੂੰ ਜ਼ਬਰਦਸਤ
ਕਰਦੀ ਹੈ ਬਈ ਕਰਕੇ ਆਓ। ਇਹ ਚ ਬੱਕਰੀ ਮਰ ਗਈ ਤੁਹਾਡੀ, ਤੁਹਾਨੂੰ ਬੀਮਾ ਮਿਲ ਜਾਣਾ। ਜਿਹੜਾ ਤੁਹਾਡਾ 10% ਰੱਖਿਆ ਉਹ ਬੀਮੇ ਵਾਸਤੇ ਰੱਖਿਆ ਹੁੰਦਾ। ਇਹ ਤੁਸੀਂ ਅਪਲਾਈ ਕਰਦੇ ਹੋ ਜੇ, ਪਰ ਹੁੰਦਾ ਜਾਂ ਨਹੀਂ ਹੁੰਦਾ ਉਹ 'ਚ ਨਾ ਹੋਇਆ ਐਵੇਂ ਬੱਕਰੀਆਂ ਨਾ ਰੱਖੋ ਤੁਸੀਂ। ਬੱਕਰੀ ਪਾਲਣ ਜ਼ਰੂਰ ਕਰਨਾ ਤੁਸੀਂ, ਕਿਉਂਕਿ ਤੁਸੀਂ ਜੇ ਮਾੜੀ ਮੋਟੀ ਆਪ ਜੋਬ ਕਰਦੇ ਹੋ, ਖੇਤੀਬਾੜੀ ਕਰਦੇ ਹੋ, ਘਰੇ ਬੁੜੀਆਂ ਹੈਗੀਆਂ, ਠੀਕ ਹੈ, ਉਹ ਵੀ 5-10 ਬੱਕਰੀਆਂ ਆਰਾਮ ਨਾਲ ਪਾਲ ਸਕਦੀਆਂ। ਕੋਈ ਇਹ 'ਚ ਸੰਗਲ ਨਹੀਂ ਪਾਉਣਾ, ਕੁਛ ਨਹੀਂ ਕਰਨਾ। ਇਹਨੂੰ ਬਜ਼ੁਰਗ ਬੰਦਾ ਵੀ ਪਾਲ ਸਕਦਾ। ਹੁਣ ਮੱਝ ਗਾਂ ਤਾਂ ਟਾਈਮ ਟੂ ਟਾਈਮ ਚੋਣੀ ਪੈਂਦੀ ਹੈ, ਇਹਨੂੰ 10 ਸਾਲਾਂ ਦਾ ਬੱਚਾ ਵੀ ਪਾਲ ਸਕਦਾ ਬੱਕਰੀਆਂ ਨੂੰ। ਇਹ ਤੁਹਾਡੀ ਐਕਸਟਰਾ ਜੇ ਤੁਸੀਂ 10 ਬੱਕਰੀਆਂ ਰੱਖਦੇ ਹੋ, ਤੁਹਾਨੂੰ ਨਾ ਆੜ੍ਹਤੀ ਕੋਲ ਜਾਣ ਦੀ ਲੋੜ ਹੈ, ਨਾ ਤੁਹਾਨੂੰ ਆਪਦੇ ਕੋਲੋਂ ਪੈਸੇ ਘਰੇ ਦੇਣ ਦੀ ਲੋੜ ਹੈ। ਸੌਦਾ ਪੱਤਾ, ਵਿਆਹ ਸ਼ਾਦੀ ਦੇ ਸੂਟ, ਸਾਰਾ ਮੋਬਾਈਲ ਮੂਲ ਦਾ ਖਰਚਾ ਤੁਹਾਡਾ ਬੱਕਰੀਆਂ 'ਚੋਂ ਨਿਕਲੀ ਜਾਊਗਾ। ਅੱਜ ਆਪਣੇ ਆਪਾਂ ਘਰੇ ਇਕੱਲੇ ਕਮਾਉਣ ਵਾਲੇ ਹਾਂ, ਵਿੱਚ 10-5 ਜਿਹੜੇ ਖਾਣ ਵਾਲੇ ਆਪਾਂ ਨੂੰ ਘਰੇ ਜੀ ਚੱਕੀ ਜਾਂਦੇ ਹੁੰਦੇ ਬਈ ਅੱਜ ਲੈ ਕੇ ਆਊਗਾ ਕੁਛ, ਹੈ ਨਾ। ਜਾਂ ਜਦੋਂ ਕਣਕ ਕੁਣਕ ਆਪਣੇ ਜ਼ਿਮੀਂਦਾਰਾਂ ਦਾ ਪਤਾ ਹੀ, ਆੜ੍ਹਤੀ ਤੋਂ ਲਈ ਆਉਣੇ, ਜਿੱਦਣ ਉਹ 6 ਮਹੀਨੇ ਹੁੰਦੇ ਆ ਬਰਾਬਰ ਹੁੰਦਾ ਹਿਸਾਬ। ਪਰ ਆਪਾਂ ਐਕਸਟਰਾ ਆਪਦੀ ਇਨਕਮ ਬਣਾਉਣੀ ਹੈ, ਕੋਈ ਇਹ 'ਚ ਮਾਰਕੀਟ ਦਾ ਕੋਈ ਉਹ ਨਹੀਂ ਗਾ, ਕੋਈ ਇਹਦੇ ਵਿੱਚ ਬਈ ਕਿਸੇ ਨੂੰ ਸਵਾਲ ਹੋਵੇ ਆਪਦਾ ਪੁੱਛ ਲਓ। ਹੁਣ ਹਾਂ ਇਹ ਵੀ ਹੁਣ ਵਧੀਆ ਸਵਾਲ ਆ, ਇਹ ਸਾਰਾ ਹੀ ਰਹਿ ਗਿਆ ਸੀਗਾ ਆਪਣਾ। ਇਹ ਗਾਈਡਲਾਈਨ ਆ ਜਿਹੜੀਆਂ ਇਹਦੀਆਂ ਗਾਈਡਲਾਈਨ ਹੁੰਦੀਆਂ, ਇਹ ਤੁਸੀਂ ਔਨਲਾਈਨ ਵੀ ਦੇਖ ਸਕਦੇ ਹੋ। ਇਹਦੇ ਵਿੱਚ ਕੋਈ ਉਮਰ ਦਾ ਨਹੀਂ, ਕੋਈ ਪੜ੍ਹਾਈ ਦਾ ਨਹੀਂ ਗਾ, ਕੋਈ ਇਹਨੂੰ ਸਰਕਾਰੀ ਬੰਦਾ ਪ੍ਰਾਈਵੇਟ ਬੰਦਾ ਭਰ ਸਕਦਾ, ਠੀਕ ਹੈ। ਕੋਈ ਤੁਹਾਡਾ ਪਹਿਲਾਂ ਲੋਨ ਚੱਲੀ ਜਾਂਦਾ।